ਤੁਸੀਂ ਜੇ ਪੋਡਕਾਸਟ ਦੇਖਦੇ ਪਏ ਤੁਹਾਨੂੰ ਕਿਚੋਂ ਮਿਲੇਗਾ ਤੁਹਾਨੂੰ ਇਹ ਚ ਬਰੀਫ ਨੋਲੇਜ ਮਿਲੇਗੀ ਉਹ ਮਿਥਸ ਬ੍ਰੇਕ ਹੋਣਗੀਆਂ ਤੁਹਾਡੀਆਂ ਇੱਕ ਇਹੋ ਜਿਹੇ ਸ਼ਖਸ ਵੱਲੋਂ ਜਿਹੜੇ ਇਹਦੇ ਵਿੱਚ 24 ਘੰਟੇ ਰਹਿੰਦੇ ਜਿਹੜੇ ਭਾਈ ਨੇ ਵਰਡ ਬੋਲਿਆ ਕਿ ਜਿਹੜੇ ਟੀਕੇ ਭਰ ਭਰ ਕੇ ਆਪ ਦਿੰਦੇ ਨੇ ਹੁਣ ਤੁਸੀਂ ਟੀਕਿਆਂ ਦੇ ਵਿੱਚ ਇਹਦੀ ਡੈਪਥ ਕੀ ਆ ਤੁਹਾਨੂੰ ਉਹਦੇ ਬਾਰੇ ਸਾਰਾ ਪੋਡਕਾਸਟ ਹੋਣਾ ਪਏਗਾ ਸੋ ਪੰਜਾਬ ਦੇ ਖੂਨ ਦੇ ਵਿੱਚ ਜਿਹੜਾ ਸਟੀਰੋਇਡ ਦਾ ਦੌੜ ਚੱਲੀ ਆ ਉਹਨੂੰ ਖਤਮ ਕਰਨ ਵਾਸਤੇ ਭਾਈ ਨੇ ਸੋਲਿਊਸ਼ਨ ਦਿੱਤੇ ਆ ਉਹ ਸੋਲਿਊਸ਼ਨ ਤੁਹਾਨੂੰ ਇਸ ਪੋਡਕਾਸਟ 'ਚ ਮਿਲਣਗੇ ਅਤੇ ਸੋਲਿਊਸ਼ਨ ਦੇ ਵਿੱਚ ਤੁਹਾਡਾ ਕੀ ਪਾਰਟੀਸਪੇਸ਼ਨ ਆ ਉਹ ਵੀ ਦੱਸਿਆ ਗਿਆ ਐਰਾ ਸੀ 90s ਇੱਦਾਂ ਦਾ ਐਰਾ ਸੀ ਜਾਂ 2000s ਇੱਦਾਂ ਦਾ ਐਰਾ ਸੀ ਜਿੱਥੇ ਡਰੱਗਸ ਦਾ ਐਕਸੈਸ ਮਿਲ ਗਿਆ ਸੀ 68,000 ਦੇ 70,000 ਰੁਪਏ ਪਰ ਮੰਥ ਇੰਨੇ ਦੇ ਲੋਕਾਂ ਦੇ ਅਸੀਂ ਡਰੱਗ ਸਾਈਕਲ ਦੇਖੇ ਨੇ ਤੁਸੀਂ ਸ਼ੌਕ ਹੁੰਦੇ ਖੁਦ ਦੇਖ ਕੇ ਯਾਰ ਭਾਜੀ ਤੋਤੇ ਉੱਡ ਜਾਂਦੇ ਸਾਡੇ ਤੋਤੇ ਉੱਡ ਜਾਂਦੇ ਵੀ ਯਾਰ ਰਾਈਟ ਉਹ ਚੀਜ਼ ਰਿਪੀਟ ਨਹੀਂ ਹੋ ਸਕਦੀ ਰੋਨੀ ਕੋਲਮੈਨ ਕਦੇ ਰਿਪੀਟ ਨਹੀਂ ਹੋ ਸਕਦਾ ਠੀਕ ਹੈ ਨਾ ਪਰ ਉਦੋਂ ਵਰਕ ਐਥਿਕਸ ਤੇ ਸਟੀਰੋਇਡ ਦਾ ਸ਼ਿਫਟ ਜਿਹੜਾ ਸੀ ਉਹ ਪੈਰਲਲ ਚੱਲਿਆ ਪੈਰਲਲ ਚੱਲਿਆ ਵਾ ਅੱਜ ਜਿਹੜਾ ਸਟੀਰੋਇਡ ਦਾ ਸ਼ਿਫਟ ਜਿਹੜਾ ਉਹ ਕਿਤੇ ਨਾ ਕਿਤੇ ਡੋਮੀਨੇਟਿੰਗ ਆ ਗਿਆ ਬਾਕੀ ਕਰ ਗਿਆ ਤੁਸੀਂ ਦੇਖ ਕੇ ਕੰਨ ਨੂੰ ਪਹਿਲਾਂ ਹੱਥ ਜੋੜ ਦੇ ਨਹੀਂ ਉਹ ਬੰਦੇ ਦੀ ਹੱਥ ਜੁੜੇ ਹੋਏ ਸੀ ਕਹਿੰਦਾ ਭਾਜੀ ਮੈਂ ਨੰਗ ਹੋ ਗਿਆ ਨਾਈਨਟੀਜ਼ ਦਾ ਐਰਾ ਰਿਪੀਟ ਹੋਣਾ ਚਾਹੀਦਾ ਤਾਂ ਇਹ ਵੀ ਬਾਡੀ ਬਿਲਡਿੰਗ ਦਾ ਭਲਾ ਹੋ ਸਕਦਾ ਨਹੀਂ ਤਾਂ ਇਹ ਕੁਐਸਚਨ ਆ ਮੇਰਾ ਭਾਜੀ ਕਿ ਇਨ ਫਿਊਚਰ ਤੁਹਾਡਾ ਬੇਟਾ ਕਹੇ ਕਿ ਆਈ ਵਾਂਟ ਟੂ ਗੋ ਇਨਟੂ ਬਾਡੀ ਬਿਲਡਿੰਗ ਸੋ ਤੁਹਾਡਾ ਇੱਥੇ ਟੇਕ ਕੀ ਬੇਟਾ ਅਤੇ ਜੇ ਕੱਲ੍ਹ ਨੂੰ ਮੇਰਾ ਬੇਟਾ ਮੈਨੂੰ ਇਹ ਕਹੇਗਾ ਪਾਪਾ ਮੈਂ ਬਾਡੀ ਬਿਲਡਿੰਗ ਕਰਨੀ ਹੈ ਮੈਂ ਕਰਾਊਂਗਾ ਇਹ ਵੀ ਹੋ ਸਕਦਾ ਮੈਂ ਆਪਣੇ ਹੱਥੀਂ ਉਹਨੂੰ ਭਰ ਕੇ ਦੇਵਾਂ ਉਹ ਤੁਹਾਨੂੰ ਖੁਦ ਦੱਸੇਗਾ ਮੈਨੂੰ ਪੁੱਛਣ ਦੀ ਲੋੜ ਨਹੀਂ ਆ ਮੈਂ ਤਾਂ ਆਪਣੇ ਆਪ ਨੂੰ ਵਧੀਆ ਹੀ ਕਹੂੰਗਾ ਠੀਕ ਹੈ ਨਾ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਕਰ ਰਹੇ ਨੇ ਉਹ ਵੀ ਦੱਸ ਦੇਣਗੇ ਜਿਹੜੇ ਮੇਰੇ ਨਾਲ ਕੰਮ ਛੱਡ ਕੇ ਗਏ ਨੇ ਉਹ ਵੀ ਇਹੀ ਦੱਸ ਦੇਣਗੇ ਵੀ ਭਾਈ ਸਮਾਨ ਬਹੁਤ ਘੱਟ ਲਾਉਂਦੇ ਓਕੇ ਭਾਈ ਸੋ ਜੇ ਤੁਸੀਂ ਇਹਨਾਂ ਦੋਨਾਂ ਵਿੱਚੋਂ ਇੱਕ ਚੀਜ਼ ਨੂੰ ਚੂਜ਼ ਕਰਨਾ ਹੋਏ ਸੋ ਵਟ ਯੂ ਵਿਲ ਚੂਜ਼ ਠੀਕ ਆ ਪ੍ਰੋਟੀਨ ਔਰ ਕ੍ਰੀਟਿਨ ਪ੍ਰੋਟੀਨ ਆਲਵੇਸ ਓਕੇ ਮਲਟੀਵਿਟਾਮਿਨ ਜਾਂ ਓਮੇਗਾ 3 ਦੋਨੋਂ ਇੱਕ ਵਾਰੀ ਦੋਨੋਂ ਇਹ ਕੁਐਸਚਨ ਹੀ ਇਦਾਂ ਦਾ ਵੀ ਇਹਦੇ ਤੇ ਮੈਂ ਦੇਖੋ ਕਹਿ ਲਓ ਮੈਂ ਰੂਲਸ ਨੂੰ ਐਡਹੀਅਰ ਨਹੀਂ ਕਰੂੰਗਾ ਤੁਹਾਡੇ ਨੂੰ ਹਨਾ ਦੋਨੋਂ ਜ਼ਰੂਰੀ ਨੇ ਓਕੇ ਹਾਂ ਟ੍ਰੇਨਿੰਗ ਯੋਰਸੈਲਫ ਫॉर ਰੈਸਟ ਆਫ ਯੋਰ ਲਾਈਫ অর ਟ੍ਰੇਨਿੰਗ ਯੋਰ ਐਥਲੀਟਸ ਫॉर ਰੈਸਟ ਆਫ ਯੋਰ ਲਾਈਫ ਟ੍ਰੇਨਿੰਗ ਮਾਈ ਐਥਲੀਟਸ ਫॉर ਰੈਸਟ ਆਫ ਮਾਈ ਲਾਈਫ ਓਕੇ ਠੀਕ ਹੈ ਬਿਕੋਜ਼ ਦੇਖੋ ਮੈਂ ਤਾਂ ਭਾਜੀ ਕੱਲੀ ਵਾਕ ਕਰਕੇ ਵੀ ਹੈਲਦੀ ਰਹਿ ਲੂੰਗਾ ਜਿੰਨਾ ਕਿ ਮੈਨੂੰ ਹੈਲਦੀ ਰਹਿਣ ਦੀ ਲੋੜ ਹੈ ਹਨਾ ਪਰ ਗੱਲ ਇਹ ਹੈ ਵੀ ਇਸ ਚੀਜ਼ ਨੂੰ ਮੈਂ ਇੰਜੋਏ ਕਰਦਾ ਹਨਾ ਲਿਟਰਲੀ ਇਹ ਚੀਜ਼ ਮੇਰੇ ਲਈ ਇੱਕ ਐਡਿਕਸ਼ਨ ਹੈ ਜਦ ਤੱਕ ਕਿਸੇ ਦੀ ਪੀਕ ਨਾ ਹੋਵੇ ਓਕੇ ਉਹ ਵੀਕ ਮੈਨੂੰ ਐ ਲੱਗਦਾ ਯਾਰ ਕੀਤਾ ਕੀ ਹੈ ਇਸ ਹਫਤੇ ਅੱਛਾ ਹਾਂ ਇਹ ਚੀਜ਼ ਮੇਰੇ ਲਈ ਜਿਹੜਾ ਪ੍ਰੈਪ ਕੋਚਿੰਗ ਦਾ ਮੇਰਾ ਪ੍ਰੋਫੈਸ਼ਨ ਹੈ ਵੀ ਮੇਰੇ ਲਈ ਇੱਕ ਇੱਦਾਂ ਦੀ ਐਡਿਕਸ਼ਨ ਹੈ ਵੀ ਜਿਹਦੇ ਕਰਕੇ ਨਾ ਮੈਂ ਕੁਛ ਕੁ ਚੀਜ਼ਾਂ ਨਾ ਬਹੁਤ ਫਰੂਟਫੁਲ ਸੈਕਰੀਫਾਈਸ ਕਰ ਚੁੱਕਿਆ ਅਤੇ ਚਲੋ ਡਿਲੇ ਵੀ ਨੇ ਕੁਛ ਕੁ ਚੀਜ਼ਾਂ ਮੇਰੇ ਪੱਖ ਤੋਂ ਹੈ ਨਾ ਪਰ ਮੈਂ ਇਸ ਚੀਜ਼ ਨੂੰ ਇੰਨਾ ਕੁ ਜ਼ਿਆਦਾ ਇੰਜੋਏ ਕਰਦਾ ਹੈ ਨਾ ਵੀ ਆਈ ਵਿਲ ਗੋ ਫੋਰ ਦੈਟ ਫੋਰ ਹੋਲ ਆਫ ਮਾਈ ਲਾਈਫ ਵਾਓ ਟਰੂ ਫਾਲਸ ਭਾਜੀ ਠੀਕ ਆ ਤੁਸੀਂ ਬਸ ਇਹ ਉਹ ਸਵਾਲ ਆ ਜੋ ਮੈਂ ਸੁਣਦਾ ਹਾਂ ਮੋਹੀ ਸਿੱਧੇ ਬੋਲੋ ਉਸੇ ਲੈਂਗੁਏਜ 'ਚ ਬੋਲਣੀ ਡੱਬਾ ਖਾਣ ਨਾਲ ਫਿੰਸੀਆਂ ਹੁੰਦੀਆਂ ਨਹੀਂ ਏ ਸੀ ਜਾਂ ਫੈਨ ਬੰਦ ਕਰਕੇ ਜਿਮ ਲਾਉਣ ਜਦੋਂ ਜਿਮ 'ਚ ਭੱਜਣ ਏ ਸੀ ਜਾਂ ਫੈਨ ਬੰਦ ਕਰਕੇ ਜਿਮ ਦੇ ਵਿੱਚ ਫੈਟ ਜ਼ਿਆਦਾ ਬਰਨ ਹੁੰਦੀ ਆ ਨਹੀਂ ਇਹ ਸਭ ਤੋਂ ਵੱਡੀ ਮੂਰਖਤਾ ਹੈ ਸਾਹ ਰੋਕ ਦਿੰਦੇ ਬਾਈ ਸਾਡੇ ਯਾਰ ਠੀਕ ਆ ਸਟੀਰੋਇਡ ਕੈਨ ਡਿਕਰੀਜ਼ ਯੋਰ ਸੈਕਸ ਪਾਵਰ ਯੈਸ ਪ੍ਰੀ ਵਰਕਆਊਟ ਕੈਨ ਹੈਲਪ ਯੂ ਟੂ ਲਿਫਟ ਮੋਰ ਯੈਸ ਬਟ ਫੂਡ ਕੈਨ ਹੈਲਪ ਯੂ ਬੈਟਰ ਓਕੇ ਇੱਕ ਅੱਛਾ ਪ੍ਰੀ ਵਰਕਆਊਟ ਮੀਲ ਜ਼ਿਆਦਾ ਇੰਪੋਰਟੈਂਟ ਹੈ ਇੱਕ ਪ੍ਰੀ ਵਰਕਆਊਟ ਸਪਲੀਮੈਂਟ ਨਾਲੋਂ ਕਿਉਂਕਿ ਜਿਹੜਾ ਪ੍ਰੀ ਵਰਕਆਊਟ ਸਪਲੀਮੈਂਟ ਹੈ ਉਹ ਸਿਰਫ ਤੁਹਾਨੂੰ CNS ਤੁਹਾਡੇ ਸੈਂਟਰਲ ਨਰਵਸ ਸਿਸਟਮ ਨੂੰ ਇੱਕ ਕਿੱਕ ਦੇ ਰਿਹਾ ਉਹ ਤੁਹਾਡੇ 'ਚ ਐਕਚੁਅਲ 'ਚ ਨਿਊਟ੍ਰੀਸ਼ਨ ਨਾਲ ਇੱਕ ਰੋ ਪਾਵਰ ਨਹੀਂ ਦੇ ਰਿਹਾ ਤੁਹਾਨੂੰ ਉਹ ਓਕੇ ਜੇ ਤੁਹਾਡੇ ਪ੍ਰੀ ਵਰਕਆਊਟ ਮੀਲ ਅੱਛੇ ਢੰਗ ਨਾਲ ਸੈੱਟ ਨੇ ਅਤੇ ਪਿਛਲੇ ਕਾਫੀ ਟਾਈਮ ਤੋਂ ਤੁਸੀਂ ਆਪਣੇ ਹਾਈਡਰੇਸ਼ਨ ਆਪਣੀ ਵਾਟਰ ਇਨਟੇਕ ਅਤੇ ਆਪਣੀ ਫੂਡ ਇਨਟੇਕ ਪ੍ਰੋਪਰ ਰੱਖ ਰਹੇ ਹੋ ਤੁਹਾਨੂੰ ਕਿਸੇ ਪ੍ਰੀ ਵਰਕਆਊਟ ਸਪਲੀਮੈਂਟ ਦੀ ਲੋੜ ਨਹੀਂ ਹੈ ਤੁਹਾਡੇ ਮੂੰਹ ਇਹ ਗੱਲ ਕਹਿਣੀ ਬਹੁਤ ਚੰਗੀ ਲੱਗੀ ਥੈਂਕ ਯੂ ਓਕੇ ਭਾਅ ਜੀ ਹੁਣ ਆਪਾਂ ਆ ਗਏ ਥੋੜ੍ਹਾ ਜਿਹਾ ਚੂਜ਼ ਕਰਨਾ ਹੁਣ ਆਪਾਂ ਠੀਕ ਆ ਹੁਣ ਮੈਂ ਤੁਹਾਨੂੰ ਕੁਛ ਪੰਜਾਬ ਦੇ ਲੈਵਲ 'ਤੇ ਆਪਾਂ ਗੱਲ ਕਰਾਂਗੇ ਤੁਸੀਂ ਹੋ ਸਕੇ ਤਾਂ ਪੰਜਾਬੀ ਪਿੱਕ ਕਰ ਸਕਦੇ ਹੋ ਕੋਈ ਵੀ ਜਿਹੜੇ ਵੀ ਪੰਜਾਬੀ ਤੁਹਾਡੇ ਦਿਮਾਗ 'ਚ ਆਉਂਦੇ ਆ ਠੀਕ ਆ ਸੋ ਮੈਂ ਮਸਲ ਗਰੁੱਪ ਬੋਲਾਂਗਾ ਅਤੇ ਤੁਸੀਂ ਦੇਖਣ ਦੱਸਣਾ ਹੈ ਕਿ ਕਿਹੜਾ ਤੁਹਾਨੂੰ ਬੈਸਟ ਮਸਲ ਲੱਗਦਾ ਹੈਗਾ ਪੰਜਾਬੀ ਦੇ ਵਿੱਚ ਪੰਜਾਬੀ ਐਥਲੀਟਸ ਦੇ ਵਿੱਚ ਜਿਹੜਾ ਵੀ ਬੋਲਾਂਗਾ ਠੀਕ ਆ ਸੋ ਭਾਈ ਬੈਸਟ ਲੈਗ ਤੁਹਾਡੇ ਅਕੋਰਡਿੰਗਲੀ ਕਿਹਦੀ ਹੈ ਰੌਨ ਰੌਨ ਬੈਸਟ ਬੈਕ A few moments later. Best back, Paji, Ankush Thakur. Ankush Thakur. Best chest? Best chest, di gal kariye ta, Paji, kehlo, Deepa Shergill. Deepa Shergill.
खतरनाक बेस्ट शोल्डर रॉन विदाउट अ डाउट हाँ वो तो निकलना बड़ा कुछ बेस्ट पोजर कौन है तुम्हारे अकॉर्डिंग बेस्ट पोजर लवप्रीत मेंस फिजिक की गल करिए पोजिंग बहुत इंप्रूव की लवप्रीत ने ऐतकी जिहड़ा कि एक मेन फैक्टर रहा ओवरऑल विंच लवप्रीत का चलो ओवरऑल बेस्ट पैकेज सी प्लस उस जी पोजिंग लवप्रीत ने इंप्रूव की दैट वॉज अमेजिंग इदा करके कहना ठीक है भाई एक परसन थोड़े अकॉर्डिंगली जो ओलंपिया स्टेज पर जाके कर सकता कुछ पंजाब तो हाँ जी इंडिया चो ला लो दोनों से दस दो पंजाब चो भी तो इंडिया चो भी भाजी मैं हमेशा शुरू तो ना एक बंदे बहुत ज़्यादा एडवोकेट करता हाँ पंजाबी है तो वो इन्नी कैपेबिलिटी रखता इफ ही गॉट ईच एंड एवरीथिंग राइट एट वन सिंगल पॉइंट है ना वो एक दिन च प्रो शो मुका सकता पूरे का पूरा रवनीत जलंधर तो हाँ जी आई एफ बी बी प्रो हाँ जी हाँ जी हाँ जी तो क्योंकि वो मैंस फिजीक का हर एक एलीमेंट है जो इंटरनेशनल स्टेज पर चाहिए बस ये है भी स्टैप बाय स्टैप वो ग्रो कर रहा बहुत अच्छा परफॉर्म कर रहा ईयर बाय ईयर बहुत वधिया परफॉर्म कर रहा तो मेरे ख्याल नाल एक रवनीत हो गया तो जेडे पोटेंशियल राइट नाउ ये रखते हैं भी हूँ ही पंजाब मतलब इंडिया चो ही ग्रूम होकर डायरैक्ट ओलंपिया स्टेज एक साल च नबेड़ सकते हैं एक रवनीत है तो एक दिल्ली तो मुंडा राहुल ओके इन्हां कोलों चीज़ां हैगियां ते बाकी ओबियसली बस वो थोड़ा कंडीशनिंग दी लोड है या कुछ राइट है ना एक साल तक लवप्रीत भी एनक हेड टू टो कंप्लीट हो सकता है हाँ ना जेड़ा की मतलब ओलंपिया क्वालीफाई कर सकता विदाउट अ डाउट ठीक है भाई सो दो पर्सन जेडे इस बार जेड़ा शेरू क्लासिक हो रहा है आई एफ बी बी कार्ड ते पक्का लेके आवणगे भाजी वो चीज मैं कदे भी नहीं कहूंगा रीजन बीइंग क्योंकि बॉडी बिल्डिंग एनी अनप्रेडिक्टेबल गेम है ना लास्ट मोमेंट से की होना है कुछ नहीं पता सारा कुछ ठीक होगा सारा कुछ सही चल रहा होगा है ना फिर कितने कितने रौन भाजी वर्गी गलती ये कर देंगे भी टाइम से वार्म अप नहीं शुरू कर दे अच्छा जेड़ा ऐतकी रौन भाजी ने मेरे वालों थोड़ी डांट भी पई सी इस चीज़ से भी जदों नैशनल्स होने लगे ना उन्होंने वार्म अप लेट शुरू किया ओके जिदे करके बॉडी नैशनल्स के जेडे क्लासिक फिजिक सीगा उन्हां दी कैटेगरी उत्थे निखर के नहीं आई ओवरऑल तो ज़्यादा निखर के आई क्योंकि पौना घंटा पहला प्रॉपर वार्म अप प्रॉपर सब कुछ शुरू हो चुका सीगा है ना तुसीं सारा कुछ ऑन पॉइंट कर दोगे सारा कुछ पिन पॉइंट कर दोगे कोई इदा दी चीज़ माड़ी मोटी जी रह जाएगी है ना जिहड़ी एंड मोमेंट ते जाके स्टेज ते रिफलैक्ट हो जाएगी सो बॉडी बिल्डिंग इन्नी अनप्रडिक्टेबल है भी मैं ईवन कि अपने तो छोड़ो मैं होरां दे एथलीट होरां एथलीट्स बारे भी इस चीज़ पर कमेंट नहीं करता भी ये बंदे प्रो कार्ड जितने या नहीं जितने बिकॉज बॉडी बिल्डिंग इज हाईली अनप्रेडिक्टेबल अच्छा मैं इंप्रोवाइज कर देना भाई क्वेश्चन तुहाडे अकॉर्डिंगली आई एफ बी बी प्रो कार्ड किनू जितना चाहिए हूँ उत्थे जाके परफॉर्म कर देना तुहानू पता हूँ तैयार हो रहे आ बंदे हैगे तो यार चाहिए हूँ उत्थे जाके परफॉर्म ना कर भाई ऑब्वियस गल मैं तो यही चाहूँगा भी रौन भाई जितन ठीक है ना रौन भाई जितन तो मेनली उस तो बाद जी अपनी मेजर कंटिजेंट खेडूगी वो मुंबई खेडूगी ओके तो आ दिल्ली शो सिर्फ मैं सिर्फ तो सिर्फ रौन भाई ने ही रखा सीगा एक क्योंकि दिल्ली शो मैं थोड़ा जहा रिलैक्स लेना चाहता सीगा तो इसे ज़्यादा फोकस रखना चाहता सो आई विल से कि हाँ असी वो पैकेज रेडी कर चुके हैं बस हूँ वो चीज़ा है भी वो चीज़ा राइट अवे उस स्टेज पर जाके हिट करनी चाहिए वधिया जे तुसी भाई पावर च आ जाते हो तुसी तीन चेंजेस जो बॉडी बिल्डिंग कॉम्पीटिशन करना चाहो भाई एक तो जो सब तो पहला मैं करना चाहूँगा भी एम्प टर्मिन बैन होने चाहिए है ओके एक मेरे हिसाब नाल तो जे कोई सिक्योरिटी वाले बंदे नूं ये चीज़ा यूज़ करता मिल जाए है ना वो राइट अवे बैन होना चाहिए ओके ठीक है जी दूजी चीज़ भाजी बॉडी बिल्डिंग कॉम्पीटिशन एक मैं अपने पक्षों नहीं मैं एथलीट्स के परस्पेक्टिव तो ये चीज़ करनी चाहूँगा भी अपने आप को डिसिप्लिनड रखन कॉम्पीटिशन के अपने आप को डिसिप्लिन रखन अपन गलतियाँ पिछे अपने आप को अकाउंटेबल रखन है ना एक ऑर्गेनाइजर का काम होंगे हर जगह जाके अनाउंस करना भी अगली कैटेगरी केड़ी होएगी है ना एट द मोमेंट थोनू उत्थे प्रेजेंट होना जरूरी है वो हूँ ये तो देखने जाएगा नहीं भी तुसी अपनी गड्डी च बाहर बैठे हो उत्थे जाके तो अनाउंस करेगा नहीं भी भाई आ कैटेगरी शुरू होने वाली है तो मुड़ के एथलीट फिर उस चीज़ से रफड़ पाते हैं ओके ठीक है तो तीजी चीज़ भाजी मैं जी चेंज करनी चाहूँगा यही है भी जिन्हें भी अपना प्राइवेट शोज़ होंगे है ना जिन्हिया वोदिया जजिंग्स ने मेक श्योर कि आप जे कोई डिवीजन करवा रहे हैं फॉर एग्जाम्पल आप मैंस फिजिक करवा रहे हैं या क्लासिक फिजिक करवा रहे हैं तो जेडे जजिज उत्थे बैठे ने है ना वो एक प्रॉपर रूल बुक पढ़ के उत्थे बैठन अच्छा ठीक है ना भी एक्चुअल मैंस फिजिक की आ ठीक है मैंस फिजिक हूँ बॉडी बिल्डिंग तो चलो भाजी मैं नहीं कहूँगा भी सिर्फ और सिर्फ प्रो लीग की ही डिवीजन है वो हर एक फैडरेशन च होंगी होंगी है ना
ਮੈਂਸ ਫਿਜ਼ੀਕ ਹੁਣ ਜਿਹੜੀ ਟ੍ਰੇਡਮਾਰਕ ਹੈ ਉਹ IFBB ਪ੍ਰੋ ਲੀਗ ਦੀ ਡਿਵੀਜ਼ਨ ਹੈ, ਹੈ ਨਾ, ਜਿਨ੍ਹਾਂ ਨੇ ਸ਼ੁਰੂ ਕੀਤੀ ਸੀ। ਅਤੇ ਓਬਵੀਅਸ ਹੀ ਗੱਲ ਹੈ ਜੇ ਹੁਣ ਬਾਕੀ ਫੈਡਰੇਸ਼ਨ ਜਾਂ ਬਾਕੀ ਪ੍ਰਾਈਵੇਟ ਔਰਗਨਾਈਜ਼ਰਸ ਉਹ ਸਾਰੀਆਂ ਚੀਜ਼ਾਂ ਕਰਵਾ ਰਹੇ ਨੇ, ਠੀਕ ਹੈ, ਇੱਕ ਵਾਰ ਉਹਨਾਂ ਨੂੰ ਉਹਨਾਂ ਦੀ ਰੂਲ ਬੁੱਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਵੀ ਪ੍ਰੋ ਲੀਗ ਕੀ ਸਟੈਂਡਰਡਸ ਮੰਗਦੀ ਹੈ ਮੈਨਸ ਫਿਜ਼ੀਕ 'ਚ, ਅਤੇ ਅੱਜ ਦੀ ਡੇਟ 'ਚ ਮੈਨਸ ਫਿਜ਼ੀਕ ਕਿੱਥੋਂ ਤੱਕ ਐਡਵਾਂਸ ਹੋ ਚੁੱਕੀ ਹੈ। ਓਕੇ, ਯੂ ਵਾਸ ਇਨ ਪਾਵਰ ਭਾਜੀ, ਮਾਈ ਕੁਐਸਚਨ, ਠੀਕ ਹੈ, ਐਂਡ ਮੈਂ ਤੁਹਾਨੂੰ ਜੇ ਮੇਰੇ ਤੋਂ ਮੈਂ ਬਾਹਰੋਂ ਦੇਖ ਕੇ ਕਹਿ ਰਿਹਾ ਨਾ, ਇੱਕ ਆਡੀਅੰਸ ਦੇ ਤੌਰ 'ਚ ਕਹਿੰਦਾ ਪਿਆ, ਮੇਰੇ ਤੋਂ ਪਾਵਰ ਆ ਜੇ ਨਾ ਅੱਜ ਕਿ ਬਾਡੀ ਬਿਲਡਿੰਗ ਕੰਪੀਟੀਸ਼ਨ ਵਿੱਚ, ਮੈਂ ਪਹਿਲੇ ਨੰਬਰ 'ਤੇ ਤਾਂ ਕਹਾਂਗਾ ਭਾਈ ਪ੍ਰਾਈਜ਼ ਮਨੀ ਵਧਣੀ ਚਾਹੀਦੀ ਹੈ। ਜਿਹੜਾ ਬੰਦਾ ਸਟੇਜ 'ਤੇ ਪਹੁੰਚ ਗਿਆ ਭਾਈ, ਬਹੁਤ ਹੌਟ ਟੌਪਿਕ ਹੈ ਭਾਈ, ਜਿਹੜਾ ਬੰਦਾ ਸਟੇਜ 'ਤੇ ਪਹੁੰਚ ਗਿਆ, ਪਹਿਲੀ ਗੱਲ ਤਾਂ ਸਾਰਿਆਂ ਨੂੰ ਪੁੱਛਣਾ ਚਾਹੀਦਾ ਉਹਨੂੰ, ਕਿਉਂਕਿ ਆਈ ਹੈਵ ਸੀਨ ਦ ਜਰਨੀ ਐਂਡ ਦੇ ਸ਼ੁੱਡ ਬਾਈ ਪੈਸਾ ਯਾਰ ਮੀਨਸ ਭਾਜੀ ਦੇਖੋ, ਮੈਂ ਇਹ ਚੀਜ਼ ਮੰਨ ਗਿਆ ਤੁਹਾਡੀ 100% ਮੰਨ ਗਿਆ, ਆਪਾਂ ਨੂੰ ਸਾਰਿਆਂ ਨੂੰ ਨਾ ਐਥਲੀਟ ਨਾਲ ਬਹੁਤ ਅਫੈਕਸ਼ਨ ਹੁੰਦੀ ਹੈ, ਮੈਨੂੰ ਵੀ ਹੈ, ਠੀਕ ਹੈ, ਪਰ ਤੁਸੀਂ ਕਦੇ ਕਿਸੇ ਪ੍ਰਾਈਵੇਟ ਔਰਗਨਾਈਜ਼ਰ ਕੋਲ ਜਾ ਕੇ ਕਦੇ ਉਹਨੂੰ ਤੁਸੀਂ ਇਹ ਪੁੱਛਿਆ ਬਾਈ ਇਸ ਸ਼ੋਅ ਨੂੰ ਔਰਗਨਾਈਜ਼ ਕਰਨ 'ਤੇ ਆਹ ਸਟੇਜ ਜਿਹੜੀ ਤਾਂ ਰੈਡੀ ਕੀਤੀ ਹੈ, ਇਸ ਸਟੇਜ 'ਤੇ ਐਥਲੀਟ ਨੂੰ ਖੜਾ ਕਰਨ ਲਈ ਤੇਰੇ ਕਿੰਨੇ ਪੈਸੇ ਲੱਗੇ ਆ, ਨਹੀਂ ਪੁੱਛਦਾ ਨਾ, ਕੋਈ ਨਹੀਂ ਪੁੱਛਦਾ ਭਾਈ, ਹੈ ਨਾ, ਈਵਨ ਕਿ ਆ ਹੁਣ ਸ਼ੋਅ ਸਾਡੇ ਵੱਲੋਂ ਔਰਗਨਾਈਜ਼ ਸੀਗਾ, ਹੈ ਨਾ, ਅਸੀਂ ਕੋਸ਼ਿਸ਼ ਇਹ ਕੀਤੀ ਵੀ ਹਰ ਇੱਕ ਕੈਟੇਗਰੀ ਨੂੰ ਕੁਛ ਨਾ ਕੁਛ ਮਿਲੇ। ਆਮ ਤੌਰ 'ਤੇ ਤੁਸੀਂ ਦੇਖੋਗੇ 50,000 ਦਾ ਬਾਡੀ ਬਿਲਡਿੰਗ ਦਾ ਨਾਮ ਧਰਕੇ ਪਿੱਛੇ ਬਾਕੀ ਦੀਆਂ 4 ਖਾਲੀ ਪਈਆਂ, ਠੀਕ ਹੈ ਨਾ, ਕਿਉਂ ਬਾਕੀਆਂ ਨੇ ਨਹੀਂ ਮਿਹਨਤ ਕੀਤੀ। ਚਲੋ ਅਸੀਂ ਉੱਥੇ 15,000 ਜਾਂ 25,000 ਦਾ ਅਸੀਂ ਹਰ ਇੱਕ ਕੈਟੇਗਰੀ ਨੂੰ ਉੱਥੇ ਕੈਸ਼ ਪ੍ਰਾਈਜ਼ ਦਿੱਤਾ, ਹੈ ਨਾ, ਅਤੇ ਉਸ ਪੂਰੇ ਸ਼ੋਅ ਦੀ ਪ੍ਰੋਡਕਸ਼ਨ ਕੋਸਟ ਪਤਾ ਕਿੰਨੀ ਸੀ ਭਾਅ ਜੀ ਨੈਸ਼ਨਲ ਦੀ? 17 ਲੱਖ। ਓਕੇ, ਠੀਕ ਹੈ, 3 ਦਿਨ ਦਾ ਵੈਨਿਊ 4 ਲੱਖ ਦਾ ਭਾਅ ਜੀ। ਓਕੇ, ਠੀਕ ਹੈ ਜੀ, ਬਾਕੀ ਸਾਰੀਆਂ ਚੀਜ਼ਾਂ ਜਦ ਆਪਾਂ ਐਡ ਆਨ ਕਰਦੇ ਹਾਂ, 17 ਲੱਖ ਉਹ ਸੀ, 4 ਲੱਖ ਮੇਰੀ ਜੇਬ 'ਚੋਂ ਆਪਦਾ ਪਿਆ, ਠੀਕ ਹੈ, ਜਿਹੜਾ ਕਿ ਸਪੋਂਸਰ ਮਨੀ ਇੰਨਾ ਨਹੀਂ ਜਨਰੇਟ ਕਰ ਪਾਇਆ ਸੀ, ਪਰ ਅਸੀਂ ਉਹਦੇ ਹਿਸਾਬ ਨਾਲ ਸ਼ੋਅ ਦੀ ਕੁਆਲਿਟੀ ਨਹੀਂ ਗਿਰਨ ਦਿੱਤੀ। ਓਕੇ, ਠੀਕ ਹੈ ਜੀ, ਅਤੇ ਕਦੇ ਤੁਸੀਂ ਜਾ ਕੇ ਕਿਸੇ ਔਰਗਨਾਈਜ਼ਰ ਨੂੰ ਪੁੱਛਿਓ ਵੀ ਬਾਈ ਤੈਂ ਕਿੰਨੇ ਪੈਸੇ ਲਾ ਤੇ? ਓਕੇ, ਰਾਈਟ, ਔਰ ਇਹ ਚੀਜ਼ ਭਾਅ ਜੀ ਮੈਂ ਦੇਖੀ, ਇਹ ਹੁਣ ਪਾਵਰ ਲਿਫਟਰ ਕਿਹੜਾ ਮਿਹਨਤ ਨਹੀਂ ਕਰਦੇ, ਉਹਨਾਂ ਦਾ ਵੀ ਤਾਂ ਡਾਇਟ ਦਾ ਖਰਚਾ ਹੈ, ਉਹਨਾਂ ਦਾ ਵੀ ਸਪਲੀਮੈਂਟਸ ਦਾ, ਉਹਨਾਂ ਦਾ ਵੀ ਐਨਾਬੋਲਿਕਸ ਦਾ ਖਰਚਾ ਹੈ। ਅਸੀਂ ਭਾਅ ਜੀ ਸ਼ੁੱਕਰਵਾਰ ਨੂੰ ਪਾਵਰ ਲਿਫਟਿੰਗ ਦਾ ਸ਼ੋਅ ਕਰਵਾਇਆ, ਰਾਈਟ, ਲੋਕ ਇਸੇ ਚੀਜ਼ ਨੂੰ ਲੈ ਕੇ ਬਹੁਤ ਖੁਸ਼ ਸੀਗੇ ਵੀ ਤੁਸੀਂ ਸਾਨੂੰ ਆਹ ਪਲੈਟਫਾਰਮ ਦਿੱਤਾ, ਐਡੀ ਵੱਡੀ ਸਕਰੀਨ ਪਿੱਛੇ ਲੱਗੀ ਹੋਈ ਹੈ, ਇੰਨੀ ਵਧੀਆ ਪ੍ਰੋਡਕਸ਼ਨ ਹੈਗੀ ਹੈ, ਇੱਕ ਬੰਦਾ ਰੀਲਸ ਪ੍ਰੋਪਰ ਸਾਨੂੰ ਸਾਡੇ ਕੰਪੀਟੀਸ਼ਨ ਦਾ ਇੱਕ ਪੂਰਾ ਕੰਟੈਂਟ ਜਨਰੇਟ ਕਰਕੇ ਦਊਗਾ, ਨਹੀਂ ਕਰਦੇ ਲੋਕ। ਮੇਨ ਆਡੀਟੋਰੀਅਮ ਦਾ ਹਾਲ ਸਟੇਜ ਬੁੱਕ ਕੀਤਾ ਗਿਆ ਪਾਵਰ ਲਿਫਟਿੰਗ ਲਈ, ਨਹੀਂ ਕਰਦੇ ਲੋਕ, ਟੈਂਟ ਲਾ ਕੇ ਕਰਾ ਦਿੰਦੇ ਆ, ਠੀਕ ਹੈ ਨਾ, ਵੀ ਉਹ ਵੀ ਤਾਂ ਐਥਲੀਟ ਸਾਡੇ ਐਫਰਟ ਨੂੰ ਪ੍ਰੇਜ਼ ਕਰ ਰਹੇ ਨੇ, ਹੈ ਨਾ, ਅਤੇ ਚਲੋ ਮੈਂ ਮੰਨ ਗਿਆ ਭਾਅ ਜੀ, ਮੈਂ ਮੰਨ ਗਿਆ ਵੀ ਅੱਜ ਹੁਣ ਥੋੜ੍ਹੇ ਦਿਨ ਪਹਿਲਾਂ ਇੱਕ ਚੱਲ ਰਿਹਾ ਵੀ ਸ਼ੇਰੂ ਕਲਾਸਿਕ 'ਚ ਕੈਸ਼ ਪ੍ਰਾਈਜ਼ ਨਹੀਂ ਦਿੱਤਾ ਜਾਂਦਾ ਜੀ, ਐਮਚੋਰ ਓਲੰਪੀਆ 'ਚ ਕੈਸ਼ ਪ੍ਰਾਈਜ਼ ਨਹੀਂ ਦਿੱਤਾ ਜਾਂਦਾ ਜੀ, ਇੱਕ ਰੋ ਜਾਂ ਸਟੈਟਸ ਵੀ ਬਣਾ ਕੇ ਦੇਤੇ ਇੱਕ ਯੂਟਿਊਬਰ ਨੇ ਵੀ ਇੰਨਾ ਆਹ ਖਰਚਾ, ਇੰਨਾ ਖਰਚਾ, ਇੰਨਾ ਇਹ ਕਮਾ ਕੇ ਨਿਕਲ ਜਾਂਦਾ, ਕੈਸ਼ ਪ੍ਰਾਈਜ਼ ਨਹੀਂ ਦਿੱਤਾ ਜਾਂਦਾ। ਓਕੇ ਭਾਅ ਜੀ, ਉਹ ਜਿਹੜਾ ਇੱਕ ਖਰਚੇ ਦਾ ਐਸਟੀਮੇਟ ਬਣਾਇਆ ਨਾ, ਉਹ ਟੋਟਲ ਖਰਚੇ ਦਾ 10% ਵੀ ਨਹੀਂ ਹੈਗਾ। ਓਕੇ, ਜੋ ਸ਼ੇਰੂ ਕਲਾਸਿਕ ਔਰਗਨਾਈਜੇਸ਼ਨ ਸਪੈਂਡ ਕਰਦੀ ਹੈ ਉੱਥੇ, ਉਹਦਾ 10% ਵੀ ਖਰਚਾ ਨਹੀਂ ਹੈ, ਜਿਹੜਾ ਯੂਟਿਊਬ 'ਤੇ ਬਣਾ ਕੇ ਦੱਸਿਆ ਗਿਆ ਵੀ ਇਹਨਾਂ ਦਾ 2 ਕਰੋੜ ਦਾ ਖਰਚਾ ਹੈ, 40 ਕਰੋੜ ਕਮਾ ਕੇ ਜਾਂਦੇ ਆ, 10% ਵੀ ਹਿੱਸਾ ਨਹੀਂ ਹੈ। ਪਲੱਸ ਉਸ ਤੋਂ ਬਾਅਦ ਉਸ ਜਗ੍ਹਾ 'ਤੇ ਜਿਹੜੀ ਤੁਹਾਨੂੰ ਰੈਕਗਨੀਸ਼ਨ ਮਿਲ ਰਹੀ ਆ, ਇਹ ਚੀਜ਼ ਤੁਹਾਨੂੰ ਸਮਝਣੀ ਚਾਹੀਦੀ ਹੈ ਵੀ ਜਿਹੜਾ ਤੁਹਾਨੂੰ ਉੱਥੇ ਪ੍ਰੋ ਕਾਰਡ ਮਿਲ ਰਿਹਾ ਨਾ, ਉਹਦਾ ਆਲਰੇਡੀ ਇੱਕ ਫੀਸ ਹੈ ਉਸ ਈਵੈਂਟ ਨੂੰ ਲੈਣ ਦੀ, ਤੇ ਪਰ ਪ੍ਰੋ ਕਾਰਡ ਦੀ ਜਿਹੜੀ ਆਰਗੇਨਾਈਜੇਸ਼ਨ ਨੇ ਪਹਿਲਾਂ NPC ਨੂੰ ਪੇ ਕਰ ਦਿੱਤੀ ਹੋਈ ਹੈ, ਠੀਕ ਹੈ, ਤੇ ਜੇ ਤੁਹਾਡੇ ਕੋਲ ਪ੍ਰੋ ਸਟੇਟਸ ਆ ਗਿਆ ਤੇ ਤੁਸੀਂ ਫਿਰ ਵੀ ਅੱਜ ਦੀ ਡੇਟ 'ਚ ਭੁੱਖੇ ਹੋ ਨਾ, ਫਿਰ ਤੁਸੀਂ ਕਦੇ ਨਹੀਂ ਕਮਾ ਸਕਦੇ। ਐਗਰੀ, ਜੇ ਤੁਸੀਂ IFBB ਪ੍ਰੋ ਸਟੇਟਸ ਲੈ ਕੇ ਨਹੀਂ ਅੱਜ ਤੱਕ ਆਪਦਾ ਘਰ ਚਲਾ ਸਕੇ, ਤੁਹਾਨੂੰ ਕੈਸ਼ ਨਹੀਂ ਕਰਨਾ, ਮੰਨ ਲਓ 1 ਲੱਖ ਦੇਤਾ ਓਵਰਆਲ ਵਿਨਰ ਨੂੰ, 1 ਲੱਖ ਦੇਤਾ, ਹੈ ਨਾ, ਸ਼ੇਰੂ ਕਲਾਸਿਕ 'ਚ, ਠੀਕ ਹੈ, ਅਤੇ 1 ਲੱਖ ਕਿੰਨੇ ਘੰਟੇ ਭਾਅ ਜੀ? 2 ਮਹੀਨੇ ਦਾ ਖਰਚਾ, ਮਹੀਨੇ ਦਾ ਲੱਗਦਾ ਭਾਅ ਜੀ, ਜੋ ਮੈਂ ਦੇਖਿਆ ਆਸੇ ਪਾਸੇ ਜਿਹੜਾ ਖਰਚਾ ਚੱਲਦਾ ਹੈ। ਤੁਸੀਂ ਉਹ 2 ਮਹੀਨੇ ਪਿੱਕ ਕਰ ਲਓ ਜਿੰਨੇ ਤੁਸੀਂ ਸ਼ੇਰੂ ਕਲਾਸਿਕ ਖੇਡਣਾ, ਤੁਸੀਂ 8 ਟਿਕਟ ਬੁੱਕ ਕੀਤੀ, ਤੁਸੀਂ ਉੱਥੇ ਗਏ, ਤੁਸੀਂ ਹੋਟਲ ਸਟੇਅ ਕੀਤਾ, 1 ਲੱਖ ਰੁਪਇਆ ਆ ਗਿਆ, ਠੀਕ ਹੈ, ਅਤੇ ਉਹ 1 ਲੱਖ ਰੁਪਏ ਨਾਲ ਤੁਸੀਂ ਕਿੰਨਾ ਚਿਰ ਘਰ ਚਲਾਓਗੇ ਆਪਣਾ? ਸ਼ੇਰੂ ਕਲਾਸਿਕ ਤਾਂ ਸਾਲ ਬਾਅਦ ਹੀ ਖੇਡੋਗੇ, ਬਿਲਕੁਲ ਬਿਲਕੁਲ, ਉਹਦੇ 'ਚ ਵੀ ਤੁਸੀਂ ਫਸਟ ਪ੍ਰਾਈਜ਼ ਨਹੀਂ ਲੈਣ ਲੱਗੇ, ਠੀਕ ਹੈ ਨਾ, ਅਤੇ ਜੇ ਤੁਸੀਂ ਪ੍ਰੋ ਬਣ ਗਏ ਹੋ ਉਹ ਤੋਂ ਬਾਅਦ ਤੁਹਾਨੂੰ ਖੇਡਣੇ ਪੈਣੇ ਕੰਪੀਟੀਸ਼ਨ, ਉਹ ਤੋਂ ਬਾਅਦ ਵੀ ਖੇਡਣੇ ਪੈਣੇ, ਖਰਚੇ ਤਾਂ ਉਹ ਤੋਂ ਬਾਅਦ ਵੀ ਚੱਲਣੇ ਜੀ, ਠੀਕ ਹੈ ਨਾ ਜੀ।
ਪਰ ਉਹ ਤੁਸੀਂ ਲੱਖ ਰੁਪਏ ਨਾਲ ਕਿੰਨਾ ਘਰ ਚਲਾਓਗੇ ਜੇ ਤੁਸੀਂ ਇੰਨੇ ਕੁ ਕੈਪੇਬਲ ਨਹੀਂ ਹੈਗੇ ਵੀ ਇੱਕ ਸਸਟੇਨੇਬਲ ਇਨਕਮ ਥੋਤੋਂ ਹਜੇ ਤੱਕ ਪ੍ਰੋ ਬਣ ਕੇ ਉਸ ਲੈਵਲ ਦੀ ਬਾਡੀ ਬਿਲਡਿੰਗ ਤੱਕ ਪਹੁੰਚ ਕੇ ਹਜੇ ਤੱਕ ਥੋਤੋਂ ਸਸਟੇਨੇਬਲ ਇਨਕਮ ਹੀ ਨਹੀਂ ਜਨਰੇਟ ਹੋਈ ਹੈਗੀ ਇਹਦਾ ਮਤਲਬ ਤੁਸੀਂ ਆਪਣੀ ਲਾਈਫ ਨੂੰ ਸੀਰੀਅਸਲੀ ਨਹੀਂ ਲੈ ਰਹੇ ਜੋ ਪਲੇਟਫਾਰਮ ਤੁਹਾਨੂੰ ਦਿੱਤਾ ਗਿਆ ਜੋ ਚੀਜ਼ ਤੁਹਾਨੂੰ ਦਿੱਤੀ ਗਈ ਖੜੀ ਕਰਕੇ ਉਹ ਚੀਜ਼ ਨੂੰ ਤੁਸੀਂ ਯੂਟੀਲਾਈਜ਼ ਨਹੀਂ ਕਰ ਰਹੇ ਅਰੇ ਸਾਰੇ ਰੌਲੇ ਇੰਡੀਆ 'ਚ ਕਿਉਂ ਪੈਂਦੇ ਆ ਅਮੈਰੀਕਨ ਬਾਡੀ ਬਿਲਡਰਸ ਨੇ ਕਦੇ ਕਿਉਂ ਨਹੀਂ ਕੈਸ਼ ਪ੍ਰਾਈਜ਼ ਐਨਪੀਸੀ ਸ਼ੋਅਸ 'ਚੋਂ ਡਿਮਾਂਡ ਕੀਤਾ ਕਿਉਂਕਿ ਭਾਅ ਜੀ ਉਹਨਾਂ ਨੇ ਆਪਣੀ ਲਾਈਫ ਨੂੰ ਸੀਰੀਅਸਲੀ ਲਿਆ ਉਹਨਾਂ ਨੇ ਆਪਣੇ ਪਹਿਲਾਂ ਕਰੀਅਰ ਬਿਲਡ ਕੀਤੇ ਬਾਅਦ 'ਚੋਂ ਬਾਡੀ ਬਿਲਡਿੰਗ 'ਚ ਆਏ ਆ ਠੀਕ ਹੈ ਜਾਂ ਬਾਡੀ ਬਿਲਡਿੰਗ 'ਚ ਆ ਗਏ ਅਤੇ ਬਾਡੀ ਬਿਲਡਿੰਗ ਦੇ ਥਰੂ ਉਹਨਾਂ ਨੇ ਇੱਦਾਂ ਦੀਆਂ ਇਨਕਮਸ ਆਪਣੀਆਂ ਜਨਰੇਟ ਕੀਤੀਆਂ ਨੇ ਰਾਈਟ ਅਤੇ ਜਿਹਦੇ ਨਾਲ ਉਹਨਾਂ ਦੇ ਘਰ ਚੱਲਦੇ ਅਤੇ ਉਹ ਵਧੀਆ ਪੈਸਾ ਕਮਾ ਰਹੇ ਨੇ ਉਹ ਚੀਜ਼ ਤੁਸੀਂ ਕਿਉਂ ਨਹੀਂ ਕਰ ਸਕਦੇ ਸਭ ਤੋਂ ਹਾਈਐਸਟ ਪਾਪੂਲੇਟਡ ਕੰਟਰੀ 'ਚ ਬਹਿ ਕੇ ਤੁਸੀਂ ਆਪਣੇ ਆਪ ਨੂੰ ਸੇਲ ਨਹੀਂ ਕਰ ਸਕਦੇ ਸੈੱਲ ਨਹੀਂ ਕਰ ਸਕਦੇ ਆਪਣੀਆਂ ਸਰਵਿਸਿਜ਼ ਸੈੱਲ ਨਹੀਂ ਕਰ ਸਕਦੇ ਤੁਸੀਂ ਕੀ ਕਰੋਗੇ ਕੀ ਕਰੋਗੇ ਇੱਥੇ ਭਾਅ ਜੀ ਇੱਕ ਚੀਜ਼ ਆ ਗਿਆ ਮੈਂ ਤੁਹਾਡੇ ਔਰਗਨਾਈਜ਼ਰ ਦੀ ਗੱਲ ਨੂੰ ਸਮਝ ਗਿਆ ਇੱਥੇ ਮੇਰਾ ਇੱਕ ਪੁਆਇੰਟ ਆਫ ਵਿਊ ਨਿਕਲ ਕੇ ਆ ਰਿਹਾ ਮੈਂ ਐਥਲੀਟ ਦੀ ਸਮਝ ਗਿਆ ਬਟ ਇੱਕ ਚੀਜ਼ ਤਾਂ ਮੈਂ ਵੀ ਮੰਨਦਾ ਤੁਸੀਂ ਸ਼ਾਇਦ ਮੇਰੇ ਨਾਲ ਐਗਰੀ ਕਰੋਗੇ ਕਿ ਦੇ ਡਿਜ਼ਰਵ ਸਮਥਿੰਗ ਠੀਕ ਹੈ ਜਿਹੜੇ ਜਿੱਤ ਗਿਆ ਉਹ ਤਾਂ ਚੜ੍ਹਦੀ ਕਲਾਇਆ ਉਹ ਤਾਂ ਬੱਲੇ ਬੱਲੇ ਉਹਦੀ ਆ ਉਹ ਤੋਂ ਬਾਅਦ ਉਹ ਤਾਂ ਪਰਮਾਤਮਾ ਤੇ ਕਿਰਪਾ ਕਰਤੀ ਉਹ ਤੋਂ ਬਾਅਦ ਉਹਨੂੰ ਕੈਸ਼ ਕਰ ਸਕਿਆ ਨਹੀਂ ਕਰ ਸਕਿਆ ਉਹਦੀ ਤਾਂ ਗਲਤੀ ਆ ਉਹਦੀ ਸਮਝ ਆ ਜਿਹੜਾ ਨਹੀਂ ਕਰਕੇ ਆ ਉਹਦੀ ਆ ਗਈ ਮੈਂ ਤੁਹਾਨੂੰ ਤੁਹਾਡੇ ਸ਼ੋਅ ਨੂੰ ਮੈਂ ਪੁਆਇੰਟ ਆਊਟ ਨਹੀਂ ਕਰ ਰਿਹਾ ਇੱਥੇ ਮੈਂ ਓਵਰਆਲ ਹਰ ਇੱਕ ਸ਼ੋਅ ਨੂੰ ਪੁਆਇੰਟ ਆਊਟ ਕਰ ਰਿਹਾ ਜਿੰਨੇ ਮੈਂ ਉੱਥੇ ਵੀ ਭਾਅ ਜੀ ਦੇਖੋ ਮੈਂ ਤੁਹਾਡਾ ਕੁਐਸਚਨ ਤੁਹਾਡਾ ਪੂਰਾ ਕਰਨ ਤੋਂ ਪਹਿਲਾਂ ਹੀ ਸਮਝ ਗਿਆ ਵੀ ਐਥਲੀਟਸ ਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਇੱਥੇ ਨਹੀਂ ਉੱਥੇ ਭਾਅ ਜੀ ਹਰ ਇੱਕ ਸ਼ੋਅ 'ਤੇ ਕੋਈ ਨਾ ਕੋਈ ਵੀਆਈਪੀ ਕੋਈ ਨਾ ਕੋਈ ਖਤਰਨਾਕ ਬੰਦਾ ਹੁੰਦਾ ਆ ਜਿਹੜਾ ਜਿਹੜੀ ਤੁਸੀਂ ਅਮਾਊਂਟ ਦੀ ਗੱਲ ਕਰਦੇ ਪਏ ਹੋ ਮੀਨਸ ਮੈਂ ਕਬੱਡੀ ਹੀ ਦੇਖਦਾ ਭਾਅ ਜੀ ਇਹ ਗੱਲ ਕਬੱਡੀ 'ਚ ਭਾਅ ਜੀ ਮੀਨਸ ਪਿੰਡ ਹੀ ਜੇ ਪਿਆਰ ਹੀ 'ਚ ਵੰਡਣ ਲੱਗ ਪਏ ਨਾ ਪਿੰਡ ਹੀ ਅਤੇ ਉਹ ਅਥਲੀਟ ਜਿਹੜੇ ਇੱਥੇ ਘੁਲ ਕੇ ਜਾਂਦੇ ਨਾ ਉਹ ਕਹਿੰਦੇ ਕਿ ਹਾਂ ਵੀ ਪਿੰਡ ਦਾ ਸਵਾਦ ਆ ਗਿਆ ਇਹ ਇੱਥੇ ਕਿਉਂ ਨਹੀਂ ਹੈਗਾ ਭਾਅ ਜੀ ਭਾਅ ਜੀ ਕਿਉਂਕਿ ਬਾਡੀ ਬਿਲਡਿੰਗ ਨੂੰ ਮੇਨ ਸਟ੍ਰੀਮ ਲਿਆਂਦਾ ਹੀ ਨਹੀਂ ਜਾ ਰਿਹਾ ਗੱਲ ਮੇਰੀ ਇੱਥੇ ਅਕਸਰ ਕੁਐਸਚਨ ਇਜ਼ ਮਾਈ ਇਹ ਆ ਕਿ ਉਹ ਕਿਉਂ ਵਿਚਾਰਿਆਂ ਨੇ ਇੰਨੀ ਮਿਹਨਤ ਨੂੰ ਕਿਉਂ ਇੰਟਰਸਟ ਨਹੀਂ ਉੱਤੋਂ ਭਾਅ ਜੀ ਉੱਤੋਂ ਜਿੰਨੀਆਂ ਸਾਡੀ ਇੰਡਸਟਰੀ ਦੀਆਂ ਸਪਲੀਮੈਂਟ ਕੰਪਨੀਆਂ ਨੇ ਹਨਾ ਜਿਹੜੀਆਂ ਬਾਡੀ ਬਿਲਡਿੰਗ ਤੋਂ ਅਰਨ ਕਰ ਰਹੀਆਂ ਮੈਂ ਭਾਅ ਜੀ ਮੈਂ ਬਾਡੀ ਬਿਲਡਿੰਗ ਕੋਚਿੰਗ ਤੋਂ ਅਰਨ ਕਰਦਾ ਹਨਾ ਸਾਰਾ ਸਾਲ ਅਰਨ ਕਰਦਾ ਔਰ ਮੈਂ ਖੁਸ਼ੀ ਖੁਸ਼ੀ ਭਾਅ ਜੀ ਆਪਣੇ ਨਾਰਥ ਇੰਡੀਆ ਜਾਂ ਨੈਸ਼ਨਲਸ 'ਤੇ ਲਾ ਦਿੰਦਾ ਪੈਸਾ ਵੀ ਸ਼ੋਅ ਵਧੀਆ ਔਰਗਨਾਈਜ਼ ਹੋਣਾ ਚਾਹੀਦਾ ਯਾਰ ਮੈਂ ਸਾਰਾ ਸਾਲ ਬਾਡੀ ਬਿਲਡਿੰਗ ਤੋਂ ਕਮਾਉਂਦਾ ਮੈਂ ਸ਼ੋਅ 'ਤੇ ਪੈਸਾ ਲਾ ਦੇਣਾ ਠੀਕ ਹੈ ਹੁਣ ਉਹ ਸਪਲੀਮੈਂਟ ਕੰਪਨੀਜ਼ ਉਹ ਫਿਟ ਇਕਿਊਪਮੈਂਟ ਕੰਪਨੀਜ਼ ਹਨਾ ਜਿਹੜੀਆਂ ਸਾਰਾ ਸਾਲ ਬਾਡੀ ਬਿਲਡਿੰਗ ਤੋਂ ਪੈਸਾ ਕਮਾਉਂਦੀਆਂ ਨੇ ਤੇ ਉਹ ਜਦ ਸ਼ੋਅਸ ਤੇ ਆ ਕੇ ਸਪੋਂਸਰਸ਼ਿਪ ਦੀ ਵਾਰੀ ਆਉਂਦੀ ਆ ਛੋਟੇ ਸ਼ੋਅਸ ਤੇ ਛੋਟੇ ਸ਼ੋਅਸ ਤੇ ਕਹਿ ਰਹੇ ਉੱਥੇ ਆ ਕੇ ਫਿਰ ਉਹਨਾਂ ਨੂੰ ਕੰਜੂਸੀ ਸੁੱਝਣ ਲੱਗ ਜਾਂਦੀ ਹੈ ਇਹ ਰਿਸਪੋਂਸੀਬਿਲਿਟੀ ਉਹਨਾਂ ਲੋਕਾਂ ਨੂੰ ਬਰਾਬਰ ਲੈਣੀ ਚਾਹੀਦੀ ਹੈ ਜਿਹੜੇ ਸਾਰਾ ਸਾਲ ਫਿਟਨੈਸ ਇੰਡਸਟਰੀ ਤੋਂ ਅਰਨ ਕਰਦੇ ਨੇ ਤੇ ਮੁੜ ਕੇ ਜਦ ਉਹਨਾਂ ਕੰਪੀਟੀਸ਼ਨਸ ਤੇ ਹੱਥ ਖੋਲਣ ਦੀ ਵਾਰੀ ਆਉਂਦੀ ਹੈ ਫਿਰ ਉੱਥੇ ਹੱਥ ਘੁੱਟਣਾ ਸ਼ੁਰੂ ਕਰ ਦਿੰਦੇ ਆ ਇਹ ਇੰਪੋਰਟੈਂਟ ਮੈਸੇਜ ਬਹੁਤ ਇੰਪੋਰਟੈਂਟ ਹੈ ਭਾਜੀ ਐਂਡ ਮੈਂ ਤੁਹਾਡੇ ਇਸ ਅੱਜ ਦੇ ਪੋਡਕਾਸਟ ਕਿਉਂਕਿ ਤੁਹਾਡੀ ਆਡੀਅੰਸ ਨੇ ਦੇਖਣਾ ਹੈ ਤੇ ਮੈਂ ਚਾਹਾਂਗਾ ਕਿ ਇਫ ਯੂ ਆਰ ਵਾਕਿੰਗ ਇਨ ਟੂ ਦਿਸ ਕਾਇੰਡ ਆਫ ਬਾਡੀ ਬਿਲਡਿੰਗ ਕੰਪੀਟੀਸ਼ਨ ਭਾਜੀ ਪੰਜਾਬ ਹੈ ਇੱਥੋਂ ਬੰਦਾ ਕੋਈ ਇੱਦਾਂ ਨਹੀਂ ਜਾਣਾ ਚਾਹੀਦਾ ਕਿ ਹਾਂ ਵੀ ਯਾਰ ਕੁਛ ਮਿਲਿਆ ਨਹੀਂ ਆਈ ਹੈਵ ਸੀਨ ਬੈਕ ਸਟੇਜ ਭਾਜੀ ਦੁੱਖ ਇਹ ਨਹੀਂ ਹੁੰਦਾ ਹਾਰਨਾ ਦੁੱਖ ਤੇ ਭਾਜੀ ਮੇਰੇ ਖਿਆਲ 'ਚ ਜਿਹੜਾ ਵਾਰੀਅਰ ਬਣ ਕੇ ਆਇਆ ਜਿਹੜਾ ਉਹਨੂੰ ਹਾਰ ਜਿੱਦਾਂ ਕੋਈ ਲੜਨ ਦੇਣਾ ਨਹੀਂ ਹੁੰਦਾ ਉਹਨੂੰ ਇੰਪਰੂਵ ਕਰਕੇ ਅਗਲੀ ਵਾਰੀ ਆਉਂਦਾ ਆ ਬਟ ਉਹਦੀ ਉਹ ਮਿਹਨਤ ਜਿਹੜੀ ਉਹਦੀ ਵੀਕ ਦਾ ਹੀ ਖਰਚਾ ਭਾਜੀ ਸਾਨੂੰ ਪਤਾ ਤੁਹਾਨੂੰ ਪਤਾ ਤੁਹਾਨੂੰ ਜ਼ਿਆਦਾ ਪਤਾ ਐਂਡ ਉਹਦਾ ਮੁੱਲ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਛ ਮਿਲ ਜੇ ਓਬਵੀਅਸਲੀ ਉਸ ਪੈਸੇ ਨਾਲ ਉਹਨੂੰ ਕੁਛ ਨਹੀਂ ਹੋਣਾ ਖਤਮ ਹੋ ਜਾਣਾ ਉਹਦਾ ਬਟ ਸਾਡੇ ਕੋਲ ਵੀ ਜੇਬ 'ਚ ਪਏ ਨੇ ਆਪਾਂ ਕੱਢ ਕੇ ਦੇ ਸਕਦੇ ਐਬਸੋਲੂਟਲੀ ਤੇ ਉਸ ਤੋਂ ਬਾਅਦ ਭਾਅ ਜੀ ਇੱਕ ਮੈਂ ਐਥਲੀਟਸ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੂੰਗਾ ਵੀ ਇੱਕ ਮੈਂਟੈਲਿਟੀ ਤੁਹਾਨੂੰ ਛੱਡਣੀ ਪੈਣੀ ਆ ਵੀ ਜੇ ਕਿਤੇ ਤੁਹਾਨੂੰ ਥੋੜ੍ਹਾ ਬਹੁਤਾ ਪ੍ਰਾਈਜ਼ ਮਨੀ ਮਿਲ ਜਾਂਦਾ ਤੁਸੀਂ ਨਾਲ ਦੀ ਨਾਲ ਉਸ ਕੰਪੀਟੀਸ਼ਨ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹੋ ਮਹੀਨੇ ਬਾਅਦ ਫਿਰ ਕੰਪੀਟੀਸ਼ਨ ਆ ਗਿਆ ਫਿਰ ਤੁਸੀਂ ਉਹਦੀ ਤਿਆਰੀ ਸ਼ੁਰੂ ਕਰਨੀ ਸ਼ੁਰੂ ਕਰ ਦਿੰਦੇ ਹੋ ਉੱਥੇ ਤੁਸੀਂ ਆਪਣੀ ਹੈਲਥ ਸੈਕਰੀਫਾਈਸ ਕਰ ਰਹੇ ਹੋ ਘੱਟ ਖੇਡੋ ਵਧੀਆ ਖੇਡੋ ਪਰ ਬਾਡੀ ਬਿਲਡਿੰਗ ਤੋਂ ਬਾਹਰ ਆਪਣੀ ਇੱਕ ਇਨਕਮ ਜਨਰੇਟ ਕਰੋ ਚਾਹੇ ਤੁਹਾਡਾ ਸਪਲੀਮੈਂਟ ਸਟੋਰ ਹੈ ਚਾਹੇ ਤੁਸੀਂ ਔਨਲਾਈਨ ਕੋਚਿੰਗ ਦਿਓ ਚਾਹੇ ਜਿਮਸ 'ਚ ਤੁਸੀਂ ਪਰਸਨਲ ਟ੍ਰੇਨਿੰਗ ਦਿਓ ਪਰ ਮੇਕ ਸ਼ੋਰ ਇਹ ਕਰੋ ਕਿ ਤੁਹਾਡੀ ਇਨਕਮ ਜਨਰੇਟ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਪੈਸੇ ਕਮਾਉਣ ਵਾਸਤੇ ਸ਼ੋਅ ਨਾ ਖੇਡਣੇ ਪੈਣ ਪੰਜਾਬ ਦੇ ਸਰੋਤਿਆਂ ਨੂੰ ਕੀ ਮੈਸੇਜ ਹੈ ਭਾਜੀ ਜਿਹੜੇ ਦੇਖਦੇ ਆ ਜਿਹੜੇ ਮੈਂ ਗੱਲ ਕਰ ਰਿਹਾ ਉਹੀ ਕਿ ਦੇ ਕੈਨ ਹੈਲਪ ਬਟ ਉਹ ਕਿਉਂ ਨਹੀਂ ਕਿਉਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਕਰ ਨਹੀਂ ਰਹੇ ਇਹ ਮੇਰਾ ਬੜਾ ਦਿਲ ਦੇ ਅੰਦਰ ਸਵਾਲ ਆਈ ਹੈਵ ਸੀਨ ਦੈਟ ਦੋਸ ਐਥਲੀਟਸ ਭਾਅ ਜੀ ਤੁਸੀਂ ਇਹਦੇ ਵਿੱਚ ਰਹਿੰਦੇ ਹੋ ਯਾਰ ਤੁਹਾਡੇ ਦੇ ਆਸੇ ਪਾਸੇ ਇਸ ਟਾਈਮ 'ਤੇ ਇੰਨੇ ਕੁ ਡੋਲੇ ਦੇਖ ਕੇ ਮੈਨੂੰ ਤੁਹਾਡੇ ਇੱਧਰ ਆਉਂਦੇ ਹੁੰਦੇ ਸੋ ਹੈ ਨਾ ਸੋ ਮੈਨੂੰ ਇਹ ਲੱਗਦਾ ਕਿ ਨਹੀਂ ਯਾਰ ਸਾਨੂੰ ਲੱਗਦਾ ਕਿ ਸਾਡਾ ਇੰਨਾ ਖਰਚਾ ਆਮ ਜਿਹੜਾ ਜਿਮ ਜਾਂਦੇ ਆ ਅਤੇ ਉਹਨਾਂ ਦੇ ਭਾਅ ਦੇਖੋ ਖਰਚਾ ਤਾਂ ਹੁੰਦਾ ਇਹ ਲਾ ਕੇ ਚਲੋ ਵੀ ਇੱਕ ਮਿਨੀਮਮ ਬਾਡੀ ਬਿਲਡਿੰਗ ਦਾ 20-30,000 ਮਹੀਨੇ ਦਾ ਖਰਚਾ ਐਗਰੀ ਜਿਹੜਾ ਮਿਨੀਮਮ ਹੈ ਮਿਨੀਮਮ ਹਾਂ ਮੈਕਸੀਮਮ ਤਾਂ ਛੱਡ ਹੀ ਗੱਲਾਂ ਦੋ ਹਨਾ ਜਾਂ ਫਿਰ ਬੰਦਾ ਉਸ ਲੈਵਲ ਤੇ ਕੰਪੀਟ ਕਰਦਾ ਨਾ ਜਿੱਥੇ 2-2% ਵੀ ਚੀਜ਼ਾਂ ਮੈਟਰ ਕਰਦੀਆਂ ਨੇ ਉੱਥੇ ਫਿਰ ਬੰਦਾ ਸਪੈਂਡ ਕਰਦਾ
ਇਦਾਂ ਦੀ ਡਾਰਕ ਗੇਮ ਨਾ ਲੈ ਕੇ ਚੱਲੋ, ਡਾਰਕ ਗੇਮ ਨਾ ਮੰਨੋ ਵੀ ਇਹ ਸਿਰਫ ਟੀਕਿਆਂ ਤੇ ਹੀ ਟਿਕੀ ਹੈ, ਹੋਰ ਵੀ ਬਹੁਤ ਕੁਛ ਹੈ, ਇਹ ਸਿਰਫ ਬਹੁਤ ਮਾਈਨਰ ਜਿਹਾ ਪਾਰਟ ਹੈ, ਠੀਕ ਹੈ, ਔਰ ਓਨੇ ਕੁ ਟੀਕੇ ਜਿੰਨੇ ਕਹਿ ਲਓ ਸਟੀਰੋਇਡ ਯੂਜ਼ ਆਪਣਾ ਬੋਡੀ ਬਿਲਡਰ ਕਰਦਾ ਨਾ, ਓਨੇ ਤੁਹਾਡੇ ਉਹ ਐਨ ਆਈ ਐਸ 'ਚ ਬੈਠੇ ਨਾ ਜਿਹੜੇ ਵੇਟ ਲਿਫਟਰ ਨੇ ਜਿਨ੍ਹਾਂ 'ਤੇ ਨਾੜਾ ਵਾੜਾ ਵੀ ਕੰਮ ਕਰ ਰਹੀ ਆ, ਠੀਕ ਹੈ, ਵੇਟ ਲਿਫਟਰ ਹੋ ਗਏ, ਐਥਲੈਟਿਕਸ ਵਾਲੇ ਹੋ ਗਏ, ਉਹ ਵੀ ਭਾਅ ਜੀ ਦੱਬ ਕੇ ਲਾਉਂਦੇ ਆ, ਉਹ ਜਿਹੜੇ ਆ ਭਾਅ ਜੀ ਸਿਕਸ ਪੈਕ ਬਣਾ ਕੇ ਫਿਲਮਾਂ 'ਚ ਆ ਜਾਂਦੇ ਹੈਗੇ ਆ, ਜਿਹੜੇ ਸਾਡੇ ਸੋ ਕਾਲਡ ਇੰਸਪਾਇਰਡ ਇੰਸਪੀਰੇਸ਼ਨ ਲੈਂਦੇ ਜਿਨ੍ਹਾਂ ਤੋਂ ਉਹਨਾਂ ਤੋਂ, ਸਾਨੂੰ ਵੀ ਇੰਨੀ ਤਾਂ ਮੈਨੂੰ ਚਲੋ ਮੈਨੂੰ ਸਟੀਰੋਇਡ ਸਮਝ ਨਹੀਂ, ਇੰਨੀ ਮੈਨੂੰ ਸਮਝਦਾ ਕਿ 50 ਸਾਲ ਦੀ ਉਮਰ ਦੇ ਵਿੱਚ ਐਪਸ ਜਿਹੜੇ ਉੱਦਾਂ ਦੇ ਨਿਕਲ ਸਕਦੇ, ਸੋ ਉੱਥੇ ਆਪਾਂ ਉਹਨਾਂ ਦੀ ਟਿਕਟਸ ਦੇ ਉੱਤੇ ਵੀ ਕੈਨ ਸਪੈਂਡ, ਵੀ ਕੈਨ ਡੂ ਸਟੱਫ, ਉਹ ਪੈਸਾ ਕਿਤੇ ਨਾ ਕਿਤੇ ਜਿੱਥੇ ਵਾਕਈ ਉਹਨਾਂ ਨੂੰ ਲੋੜ ਹੈਗੀ ਆ, ਸੋ ਉਹ ਚੀਜ਼ ਉਹਨਾਂ ਨੇ ਅੱਜ ਹੀ ਕਹਿਤਾ ਕਿ ਵੀ ਆਰ, ਕਿਉਂਕਿ ਇਹ ਸਰਕਲ ਹੈ ਭਾਜੀ, ਹੁਣ ਜਿੰਨੇ ਵਿਊਅਰਸ ਹੈਗੇ ਆ, ਹੈ ਨਾ, ਜਿੰਨੇ ਦੇਖ ਰਹੇ ਨੇ, ਹੈ ਨਾ, ਤੁਸੀਂ ਜਿਮ ਜਾਂਦੇ ਹੋ, ਹੈ ਨਾ, ਤੁਸੀਂ ਜਿਮ ਦੀ ਮੈਂਬਰਸ਼ਿਪ ਪਰਚੇਜ਼ ਕਰਦੇ ਹੋ, ਠੀਕ ਹੈ, ਮੈਜੋਰਿਟੀ ਜਿਮ ਓਨਰਸ ਬੋਡੀ ਬਿਲਡਰ ਹੁੰਦੇ ਆ, ਹੈ ਨਾ, ਉੱਥੇ ਉਹਨਾਂ ਨੂੰ ਸਪੋਰਟ ਤੁਸੀਂ ਉਸ ਢੰਗ ਨਾਲ ਤੁਸੀਂ ਸਪੋਰਟ ਕਰ ਸਕਦੇ ਹੋ, ਔਰ ਉੱਥੇ ਮੈਂ ਬੋਡੀ ਬਿਲਡਰਸ ਨੂੰ ਵੀ ਇਹ ਸੁਨੇਹਾ ਦਊਂਗਾ ਵੀ ਗੇਮ ਨੂੰ ਗਲਤ ਕਰਨ ਵਾਲੇ ਵੀ ਤੁਸੀਂ ਹੋ, ਤੁਹਾਡੇ ਕੋਲ ਜਿਮ 'ਚ ਲੋਕ ਆਉਂਦੇ ਨੇ, ਠੀਕ ਹੈ, ਤੁਸੀਂ ਜ਼ਬਰਦਸਤੀ ਆਪਣਾ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਨੂੰ ਸਟੀਰੋਇਡ ਸੇਲ ਕਰਕੇ, ਠੀਕ ਹੈ, ਅਨਵਾਂਟਿਡ ਸਪਲੀਮੈਂਟਸ ਉਹਨਾਂ ਨੂੰ ਦੇ ਕੇ, ਠੀਕ ਹੈ, ਕਿਉਂਕਿ ਤੁਸੀਂ ਐਥੀਕਲ ਕੋਚਿੰਗ ਨਾਲ ਵੱਧ ਤੋਂ ਵੱਧ ਬੰਦੇ ਜੋੜਨ ਦੀ ਜਗ੍ਹਾ ਤੁਸੀਂ ਕੀ ਕਰਦੇ ਹੋ ਵੀ ਬੰਦੇ ਘੱਟ ਰਹਿਣ, ਬਸ ਸਾਨੂੰ ਪੈਸੇ ਫੜਾਈ ਜਾਣ, ਪੈਸੇ ਸਾਈਡ ਤੋਂ ਸਾਈਡ ਸਾਡੇ ਜ਼ਿਆਦਾ ਬਣੀ ਜਾਣ, ਨਹੀਂ, ਇਹ ਮੈਂਟੈਲਿਟੀ ਤੁਹਾਨੂੰ ਵੀ ਚੇਂਜ ਕਰਨੀ ਪਊਗੀ, ਬਿਕੋਜ਼ ਆਪਣੇ ਪ੍ਰੋਫੈਸ਼ਨ ਨੂੰ ਗਲਤ ਟਾਰਗੇਟ ਕਰਨਾ ਉਹਦੇ 'ਚ ਤੁਹਾਡੀ ਵੀ ਬਰਾਬਰ ਰਿਸਪੋਂਸੀਬਿਲਿਟੀ ਹੈ, ਐਗਰੀ, ਇਸ ਪ੍ਰੋਫੈਸ਼ਨ ਨੂੰ ਇੰਨਾ ਜ਼ਿਆਦਾ ਨਿਘਾਰ ਵਾਲੇ ਪਾਸੇ ਨਾ ਲੈ ਕੇ ਜਾਓ ਵੀ ਇਹ ਸਿਰਫ ਔਰ ਸਿਰਫ ਸਟੀਰੋਇਡਸ 'ਤੇ ਹੀ ਟਿਕਿਆ, ਇਹਨੂੰ ਇੱਕ ਹੋਲਿਸਟਿਕ ਪ੍ਰੋਫੈਸ਼ਨ ਦੇ ਤੌਰ 'ਤੇ ਅੱਗੇ ਲੈ ਕੇ ਆਓ, ਜਿਹੜੇ ਲੋਕਾਂ ਦਾ ਗੋਲ ਵੇਟ ਲੋਸ ਹੈ, ਫੈਟ ਲੋਸ ਹੈ, ਉਹਨਾਂ ਨੂੰ ਇੱਕ ਹੋਲਿਸਟਿਕ ਲਾਈਫ ਸਟਾਈਲ ਦਿਓ, ਨਾ ਕਿ ਸਟੀਰੋਇਡ ਦਿਓ, ਸਟੀਰੋਇਡ ਉਹਨਾਂ ਦੀ ਰਿਕੁਆਇਰਮੈਂਟ ਨਹੀਂ ਹੈਗੇ, ਇੱਕ ਆਮ ਲੋਕਾਂ ਦੀ ਨਹੀਂ ਹੈ, ਸੋ ਆਪਣੇ ਪ੍ਰੋਫੈਸ਼ਨ ਨਾਲ ਜਸਟਿਸ ਕਰਨਾ ਵੀ ਐਂਡ 'ਤੇ ਆਪਣੇ 'ਤੇ ਹੀ ਟਿਕਿਆ, ਅਤੇ ਕੋਈ ਬਾਂਹ ਫੜੇ ਨਾ ਫੜੇ, ਤੁਸੀਂ ਆਪਣੀ ਬਾਂਹ ਖੁਦ ਫੜਨੀ ਹੈ, ਫੜਨੀ ਪੈਣੀ ਹੈ, ਹਾਂ, ਠੀਕ ਹੈ ਭਾਜੀ, ਇੱਕ ਲਾਸਟ ਕੁਸ਼ਚਨ ਭਾਜੀ ਮੇਰਾ ਅੱਜ ਦਾ, ਜਿਹੜਾ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਨੂੰ ਫੀਲ ਹੁੰਦਾ ਹੈ, ਮੈਂ ਲਵਪ੍ਰੀਤ ਭਾਈ ਨੂੰ ਵੀ ਪੁੱਛਿਆ ਸੀਗਾ ਐਂਡ ਉਹਨਾਂ ਦਾ ਵਿਊ ਸੀਗਾ ਬਹੁਤ ਵਧੀਆ ਸੀਗਾ, ਮੈਂ ਇੱਕ ਰਿਸਰਚ ਹੀ ਪੜ੍ਹਦਾ ਪਿਆ, ਸਟੱਡੀ ਪੜ੍ਹਦਾ ਸੀਗਾ ਕਿ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਸਟੀਰੋਇਡ ਅਬਿਊਜ਼ ਜਿਹੜਾ ਸੀਗਾ ਘੱਟ ਸੀਗਾ, ਅੱਜ ਅਬਿਊਜ਼ ਜ਼ਿਆਦਾ ਆ ਅਤੇ ਆਉਣ ਵਾਲੇ ਸਮੇਂ 'ਚ ਅਬਿਊਜ਼ ਬਹੁਤ ਜ਼ਿਆਦਾ ਹੋ ਲੱਪਣਾ, ਠੀਕ ਆ, ਹੁਣ ਪਹਿਲਾਂ ਅਵੇਅਰਨੈਸ ਘੱਟ ਸੀਗੀ, ਹੁਣ ਇਹਦਾ ਆਂਸਰ ਕੀ ਆਉਂਦਾ ਯਾਰ ਕਿ ਸਟੀਰੋਇਡ ਦੀ ਅਵੇਅਰਨੈਸ ਘੱਟ ਸੀਗੀ, ਲੋਕਾਂ ਨੂੰ ਪਤਾ ਨਹੀਂ ਸੀ, ਅੱਜ ਦੀ ਤਰੀਕ 'ਚ ਫਿਰ ਅਵੇਅਰਨੈਸ ਆਉਣੀ ਸ਼ੁਰੂ ਹੋ ਗਈ, ਠੀਕ ਆ, ਜਿੰਨੀ ਅਵੇਅਰਨੈਸ ਵਧੀ ਜਦਕਿ ਉਹ ਘਟਣਾ ਚਾਹੀਦਾ ਸੀਗਾ ਉਹਨਾਂ ਵਧਣ ਲੱਗ ਪਿਆ, ਖਾਸ ਕਰਕੇ ਇਹ ਪੁਰਾਣੇ ਯਾਨੀ ਕਿ ਜੇ 40 ਸਾਲ ਤੋਂ ਉੱਤੇ ਵਾਲੇ ਬੰਦੇ ਨੂੰ ਨਿਕਲ ਕੇ ਅਡੋਲਸੈਂਸ ਆਉਣਾ ਸ਼ੁਰੂ ਹੋ ਗਿਆ, ਇਫ ਯੂ ਆਰ ਇਨ ਪਾਵਰ ਦੇਰ ਆਰ ਟੂ ਆਪਸ਼ਨਸ ਫੋਰ ਯੂ, ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਪਰਸਪੈਕਟਿਵ ਕਿਹੜੇ 'ਚ ਰਲਦਾ ਆ, ਜਾਂ ਤਾਂ ਤੁਸੀਂ ਬਿਲਕੁਲ ਇਹਨੂੰ ਬੰਦ ਕਰ ਦਿਓ, ਸਟੀਰੋਇਡ ਐਜੂਕੇਸ਼ਨ ਐਜੂਕੇਟਿੰਗ ਪਰਸਨ ਐਜੂਕੇਟਿੰਗ ਯੰਗਸਟਰ ਕਿਹਨੂੰ ਐਜੂਕੇਸ਼ਨ ਨਹੀਂ ਦੇਣੀ, ਕਿਉਂਕਿ ਉਹਨਾਂ ਨੂੰ ਜੇ ਪਤਾ ਲੱਗਿਆ ਪਤਾ ਉਹਨਾਂ ਨੇ ਟਰਾਈ ਕਰਨੇ ਚੱਕਰਾਂ ਦੇ ਵਿੱਚ ਫਿਰ ਕੰਮ ਜ਼ਿਆਦਾ ਖਰਾਬ ਕਰ ਲੈਣਾ, ਜਾਂ ਫਿਰ ਤੁਸੀਂ ਉਹਨਾਂ ਨੂੰ ਬੇਸਿਕ ਸਿਲੇਬਸ ਦੇ ਵਿੱਚ ਐਡ ਕਰੋ ਐਗਜ਼ਾਮਪਲ ਦੇ ਤੌਰ 'ਤੇ, ਜਾਂ ਉਹਨਾਂ ਨੂੰ ਐਜੂਕੇਟ ਕਰੋ ਤਾਂ ਕਿ ਉਹਨਾਂ ਦਾ ਪਤਾ ਲੱਗੇ ਅਤੇ ਕਿ ਨਹੀਂ ਯਾਰ ਇਹ ਆਪਾਂ ਕਿੱਥੇ ਯੂਜ਼ ਕਰਨਾ ਅਤੇ ਕਿੱਥੇ ਨਹੀਂ ਕਰਨਾ, ਵਟਸ ਯੂਰ ਟੇਕ ਇਨ ਦਿਸ? ਭਾਈ ਦੇਖੋ ਮੈਂ ਇਸ ਚੀਜ਼ 'ਚ ਸਭ ਤੋਂ ਪਹਿਲਾਂ ਆਂਸਰ ਕਰੂੰਗਾ ਵੀ ਆਈ ਵੁੱਡ ਲਵ ਟੂ ਐਜੂਕੇਟ ਪੀਪਲ ਇਨਸਟੈਡ ਆਫ ਬੈਨਿੰਗ, ਬਿਕੋਜ਼ ਜੇ ਆਪਾਂ ਗੱਲ ਕਰੀਏ ਕੰਟਰੀਜ਼ ਲਾਈਕ USA, ਹੈ ਨਾ, ਉੱਥੇ ਇਹ ਚੀਜ਼ਾਂ ਲੀਗਲਾਈਜ਼ ਹੋ ਗਈਆਂ ਇੱਕ ਪਰਸਪੈਕਟਿਵ ਤੋਂ, ਜਿੱਦਾਂ HRT ਕਲੀਨਿਕਸ ਖੁੱਲ੍ਹ ਗਏ, ਹੈ ਨਾ, ਹਾਰਮੋਨ ਰਿਪਲੇਸਮੈਂਟ ਥੈਰੇਪੀ ਕਲੀਨਿਕਸ ਖੁੱਲ੍ਹ ਗਏ ਜਿੱਥੇ ਦੇ ਫਿਜ਼ੀਸ਼ੀਅਨਸ ਇਸ ਚੀਜ਼ ਨੂੰ ਲੈ ਕੇ ਐਜੂਕੇਟਿਡ ਨੇ, ਹੈ ਨਾ, ਵੀ ਕਿਹੜੀ ਚੀਜ਼ ਕਿੱਦਾਂ ਦੇਣੀ ਹੈ, ਠੀਕ ਹੈ, ਕਿਸ ਲੀਗਲ ਵੇ ਨਾਲ ਕਿਸ ਕੇਸ ਕਿਹੜੀ ਚੀਜ਼ ਪ੍ਰਸਕ੍ਰਾਈਬ ਕਰਨੀ ਹੈ, ਹੈ ਨਾ, ਅਤੇ ਬਹੁਤ ਸਾਰੇ ਕਲੀਨਿਕਸ ਤੁਹਾਨੂੰ ਬਾਹਰ US ਮਿਲ ਜਾਣਗੇ, ਮੈਂ ਚਾਹੁੰਦਾ ਵੀ ਉੱਦਾਂ ਦੀ ਚੀਜ਼ ਇੰਡੀਆ 'ਚ ਹੋਵੇ, ਓਕੇ, ਜਿਹਦੇ ਕਰਕੇ ਲੋਕਾਂ ਨੂੰ ਅਵੇਅਰਨੈਸ ਇਹ ਮਿਲੇ ਵੀ ਅਸੀਂ ਕਿੱਦਾਂ ਕਿਹੜੀ ਚੀਜ਼ ਵਰਤਣੀ ਹੈ, ਠੀਕ ਹੈ, ਇੱਕ ਗਾਈਡ ਕਰਨ ਵਾਲਾ ਬੰਦਾ ਬੈਠਾ ਹੋਵੇ ਆਮ ਪਬਲਿਕ ਨੂੰ, ਹੁਣ ਮੈਂ ਭਾਜੀ ਐਥਲੀਟਸ ਦੇ ਨਾਲ ਜ਼ਿਆਦਾ ਇਨਵੋਲਵ ਰਹਿੰਦਾ, ਹੈ ਨਾ, ਮੈਂ ਹਰ ਇੱਕ ਨੂੰ ਨਹੀਂ ਦੇ ਸਕਦਾ, ਪਰ ਮੇਰਾ ਅੱਗੇ ਜ਼ਰੂਰ ਹੈਗਾ ਵੀ ਪੰਜਾਬ 'ਚ ਆਪਾਂ ਇੱਕ ਕੈਂਪੇਨ ਇੱਦਾਂ ਦੀ ਤੋਰੀਏ ਜਿੱਥੇ ਜਾ ਕੇ ਆਪਾਂ ਜਿਮਸ 'ਚ ਜਾਂ ਮਤਲਬ ਗੈਦਰਿੰਗਸ 'ਚ ਆਪਾਂ ਜਾ ਕੇ ਲੋਕਾਂ ਨੂੰ ਅਵੇਅਰ ਕਰ ਸਕੀਏ ਵੀ ਵਟ ਇਟ ਇਜ਼, ਯੈਸ, ਹੈ ਨਾ, ਇੱਕ ਨਾ ਬਹੁਤ ਇੰਟਰਸਟਿੰਗ ਚੀਜ਼ ਹੈ, ਆਪਾਂ 10 ਸਾਲ ਪਹਿਲਾਂ ਨਾ ਜਾਈਏ, ਆਪਾਂ ਟੋਟਲ ਅੱਜ ਤੋਂ ਲਾ ਕੇ ਚੱਲੀਏ ਵੀ 20 ਸਾਲ ਪਹਿਲਾਂ ਜਾਈਏ ਆਪਾਂ, ਓਕੇ, ਦੀ ਐਰਾ ਆਫ ਡੋਰੀਅਨ ਯੇਟਸ ਐਂਡ ਰੋਨੀ ਕੋਲਮੈਨ ਜੀ, ਠੀਕ ਹੈ, ਡਰੱਗਸ ਉਦੋਂ ਵੀ ਸੀਗੇ, ਐਨਾਬੋਲਿਕ ਸਟੀਰੋਇਡਸ ਉਦੋਂ ਵੀ ਸੀਗੇ, ਇੰਨੇ ਨਹੀਂ ਸੀਗੇ, ਪਰ ਉਹਨਾਂ ਜਿਹੀਆਂ ਫਿਜ਼ਿਕਸ ਉਹਨੂੰ ਅੱਜ ਦੀ ਡੇਟ 'ਚ ਵੀ ਨਹੀਂ ਮਿਲਣਗੀਆਂ, ਨਹੀਂ ਮਿਲਣੀਆਂ, ਓਨੀਆਂ ਹਾਰਡ, ਓਨੀਆਂ ਬਿਗ, ਓਨੀਆਂ ਗ੍ਰੇਨੀ, ਓਨੀਆਂ ਮੈਚੋਰ, ਭਾਅ ਜੀ ਉਹਨਾਂ ਦਾ ਕਦੇ ਵਰਕ ਐਥਿਕ ਅੱਜ ਦੇ ਬੋਡੀ ਬਿਲਡਰਸ ਨਾਲ ਕੰਪੇਅਰ ਕਰਕੇ ਦੇਖੋ, ਤੁਹਾਨੂੰ ਆਨਸਰ ਮਿਲ ਜਾਣਗੇ, ਉਹ ਅਸਲੀ ਕੰਪੈਰੀਜ਼ਨ ਹੈ ਵੀ ਉਹ ਇੱਦਾਂ ਦਾ ਐਰਾ ਸੀ, 90s ਇੱਦਾਂ ਦਾ ਐਰਾ ਸੀ ਜਾਂ 2000s ਇੱਦਾਂ ਦਾ ਐਰਾ ਸੀ ਜਿੱਥੇ ਡਰੱਗਸ ਦਾ ਐਕਸੈਸ ਮਿਲ ਗਿਆ ਸੀ, ਠੀਕ ਹੈ ਜੀ, ਪਰ ਵਰਕ ਐਥਿਕ ਪੁਰਾਣਾ ਹੀ ਚੱਲਿਆ ਆ ਰਿਹਾ ਸੀ,
आर्नोल्ड का, सर्जी ओलिवा सीनियर का, इन्हों का वर्क एथिक उस तो भी ज़्यादा वर्क एथिक के मामले च रॉनी कोलमैन, उन्होंने तो भाजी रिकॉर्ड ही तोड़ छे सारे, है ना। तो डोरियन येट्स है ना, अज के डेट च भाजी डोरियन वर्गी बैक कट के दिखा दो नहीं मिलेगी, ठीक है। रॉनी कोलमैन वर्गा पैकेज कट के दिखा दो, अज तक ना कोई बॉडी बिल्डर उदा का प्रोड्यूस कर सकया, और मैंने नहीं लगता भी आने वाले टाइम कोई कर पाऊगा, क्योंकि वह बंद की मैंटैलिटी, वर्क एथिक, ट्रेनिंग उस लैवल से जो फिजिक मैच्योरिटी दे गया, राइट। वह चीज़ रिपीट नहीं हो सकती, रॉनी कोलमैन कदम रिपीट नहीं हो सकता, ठीक है ना। पर अज के बॉडी बिल्डर एक्सैस तो मिल गया चीज़ों का, पर वर्क एथिक उत्थी रह गया। वह वर्क एथिक 2000 वाला कह लो जे कटलर तो बाद फिल ही तो बाद ना वर्क एथिक घटना शुरू हो गया। मीन्स उदो वर्क एथिक्स ते स्टीरॉयड दा शिफ्ट जिहड़ा सी ओह पैरेलल चलिया, पैरेलल चलिया बस। अज जिहड़ा स्टीरॉयड दा शिफ्ट जिहड़ा ओह किते ना किते डोमिनेटिंग आ गया, बाकी कर गया केमिस्ट्री ज्यादा डोमिनेट कर गई वर्क एथिक नाल। वर्क एथिक्स एक फार्मासिस्ट कह रहा है, सो मीन्स यू आर इन दैट उदे विच। पर ये नहीं होना चाहिए जे आपां बॉडी बिल्डिंग हुण असीं कॉन्टेस्ट प्रेप अकैडमी च जिहड़ा अपना पूरे दा पूरा यूनिट पाया ना परफॉर्मेंस एनहांसिंग ड्रग्स दा, उहदे च इक जिहड़ी स्टार्टिंग हुंदी है ना उस यूनिट दी स्टार्टिंग हुंदी है उह इसे चीज़ तो हुंदी है, हिस्ट्री ऑफ पीईडीज, प्रेजेंट ऑफ पीईडीज एंड फ्यूचर ऑफ पीईडीज। ओके, जिहड़ा कि मैं ते मेरा जिहड़ा मेंटर हैगा अमीन अलाई, साडा विजन इह है वी 90s बैक होने चाहिए। ओके, 90s दा एरा रिपीट होना चाहिए तां इह भी बॉडी बिल्डिंग दा भला हो सकदा, नहीं तां असीं अपनी अखां सामने देखदे हां भाजी ड्रग अब्यूज़ हुंदा जी। 60,000 ਦੇ 70,000 ਰੁਪਏ ਪਰ ਮੰਥ, ਐਨੇ ਦੇ ਲੋਕਾਂ ਦੇ ਅਸੀਂ ਡਰਗ ਸਾਈਕਲ ਦੇਖੇ ਨੇ। ਤੁਸੀਂ ਸ਼ੌਕ ਹੁੰਦੇ ਖੁਦ ਦੇਖ ਕੇ ਯਾਰ, ਤੈਨੂੰ ਭਾਜੀ ਤੋਤੇ ਉੱਡ ਜਾਂਦੇ ਸਾਡੇ, ਤੋਤੇ ਉੱਡ ਜਾਂਦੇ ਵੀ ਯਾਰ ਤੂੰ ਭਾਈ ਤੂੰ ਬੰਦਾ ਨਹੀਂ ਹੈਗਾ, ਤੂੰ ਜਿਹੜੇ ਉਹ ਹੁੰਦੇ ਆ ਨਾ ਲੈਬੋਰਟਰੀ ਵਾਲੇ ਐਕਸਪੈਰੀਮੈਂਟਲ ਰੈਟ ਡੈਮੋ ਵਾਲਾ, ਹਾਂ ਗਿਨੀ ਪਿਗ ਤੂੰ ਉਹ ਬਣਿਆ ਪਿਆ ਇਸ ਟਾਈਮ ਭਾਜੀ। 5 ਇੰਜੈਕਟੇਬਲ ਚੱਲ ਰਹੇ ਹੁਣ, ਠੀਕ ਹੈ, 3 ਓਰਲ ਚੱਲ ਰਹੇ ਹੁਣ, ਠੀਕ ਹੈ ਜੀ, ਔਰ ਉਹਨਾਂ ਦੇ ਨਾਲ ਨਾਲ ਪੈਪਟਾਈਡਸ ਇੱਕ ਅਲੱਗ ਕੈਟੇਗਰੀ ਹੈ, ਮੇ ਵੀ ਪਤਾ ਨਹੀਂ ਤੁਸੀਂ ਅਵੇਅਰ ਹੋ ਜਾਂ ਨਾ ਹੋ, 3 ਤਰ੍ਹਾਂ ਦੇ ਪੈਪਟਾਈਡ ਚੱਲ ਰਹੇ। ਬੰਦੇ ਦਾ 70,000 ਦਾ ਸਾਲਾ ਮੰਥ ਦਾ ਡਰੱਗ ਪ੍ਰੋਟੋਕੋਲ ਬਣਿਆ ਪਿਆ ਮੇਰੇ ਸਾਹਮਣੇ, ਤੁਸੀਂ ਦੇਖ ਕੇ ਕੰਨੇ ਨੂੰ ਪਹਿਲਾਂ ਹੱਥ ਜੋੜ ਦਿੰਦੇ। ਨਹੀਂ ਉਹ ਬੰਦੇ ਦੇ ਹੱਥ ਜੁੜੇ ਹੋਏ ਸੀ, ਕਹਿੰਦਾ ਭਾਅ ਜੀ ਮੈਂ ਨੰਗ ਹੋ ਗਿਆ। ਓ ਸੋ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਕੇ ਚੱਲਣਾ ਚਾਹੀਦਾ ਆਪਾਂ ਨੂੰ ਵੀ, ਫੂਡ, ਟ੍ਰੇਨਿੰਗ ਅਤੇ ਰਿਕਵਰੀ, ਇਹ 3 ਚੀਜ਼ਾਂ ਨੇ ਜਿਨ੍ਹਾਂ 'ਤੇ ਬੋਡੀ ਬਿਲਡਿੰਗ ਖੜੀ ਹੈ। ਚੌਥਾ ਪਿਲਰ ਬਾਅਦ 'ਚੋਂ ਪੀਈਡੀਜ਼ ਐਡ ਹੁੰਦਾ, ਪਰ ਉਹ ਬਹੁਤ ਮਾਈਨੋਰਿਟੀ ਸੈਕਸ਼ਨ ਹੈ। ਮੈਂ ਸੋਚਿਆ ਨਹੀਂ ਸੀਗਾ, ਬਟ ਹੁਣ ਮੈਂ ਇੱਕ ਪਾਰਟ ਐਡ ਕਰਨਾ ਚਾਹੁੰਦਾ ਹਾਂ। ਹੈਗਾ ਇੱਕ 5 ਮਿੰਟ ਹੈਗੇ। ਓਕੇ ਭਾਜੀ, ਮੇਰਾ ਸਵਾਲ ਸੀਗਾ, ਤੁਸੀਂ ਇਹਦਾ ਆਪਾਂ ਇੱਕ ਥੋੜ੍ਹੀ ਡਿਸਕਸ਼ਨ ਕੀਤੀ ਇਹਦੇ ਉੱਤੇ, ਬਟ ਮੈਂ ਚਾਹਾਂਗਾ ਕਿ ਉੱਥੇ ਥੋੜ੍ਹੀ ਖੁੱਲ੍ਹ ਕੇ ਡਿਸਕਸ਼ਨ ਹੋਏ ਕਿ ਮੈਂ ਜਦੋਂ ਇੱਥੇ ਆਇਆ ਅੰਦਰ ਆਇਆ ਅਤੇ ਮੈਂ ਦੇਖਿਆ ਕਿ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਸਾਰਾ ਕੰਮ ਕਰਦੇ ਪਏ ਹੋ, ਸੀਨੀਅਰ ਸਨ, ਤੁਹਾਡੇ ਫੈਮਿਲੀ ਦੇਖੀ ਹੈ, ਤੁਹਾਡੀ ਵਾਈਫ ਦੇਖੀ ਹੈ, ਤੁਸੀਂ ਹੋ, ਸਾਰੀ ਟੀਮ ਐਂਡ ਤੁਹਾਡੀ ਟੀਮ ਦੇ ਨਾਲ ਬੌਂਡ ਵੀ ਪਤਾ ਲੱਗਦਾ ਹੈ, ਪਤਾ ਲੱਗ ਜਾਂਦਾ ਯਾਰ ਕਿ ਹਾਂ ਕਨੈਕਟਡ ਆ। ਇਹ ਕੁਐਸਚਨ ਆ ਮੇਰਾ ਭਾਜੀ ਕਿ ਇਨ ਫਿਊਚਰ ਤੁਹਾਡਾ ਬੇਟਾ ਕਹੇ ਕਿ ਆਈ ਵਾਂਟ ਟੂ ਗੋ ਇਨ ਟੂ ਬੋਡੀ ਬਿਲਡਿੰਗ, ਸੋ ਤੁਹਾਡਾ ਇੱਥੇ ਟੇਕ ਕੀ ਹੋਏਗਾ? ਭਾਜੀ ਓਬਵੀਅਸਲੀ ਇਹ ਚੀਜ਼ ਮੈਂ ਉਦੋਂ ਵੀ ਕਹੀ ਸੀ ਤੁਹਾਨੂੰ, ਹੁਣ ਵੀ ਕਹਿੰਦਾ ਹੈ ਨਾ ਵੀ ਜਿਹੜੇ ਹੁਣ ਵੀ ਮੇਰੇ ਕੋਲ ਬੋਡੀ ਬਿਲਡਿੰਗ ਕਰ ਰਹੇ ਨੇ ਉਹ ਵੀ ਕਿਸੇ ਮਾਂ ਦੇ ਪੁੱਤ ਨੇ, ਰਾਈਟ, ਉਹਨਾਂ ਦਾ ਵੀ ਪਰਿਵਾਰ ਹੈ, ਉਹਨਾਂ ਨੂੰ ਵੀ ਤਾਂ ਇੱਕੋ ਹੀ ਬੋਡੀ ਮਿਲੀ ਹੈ ਨਾ। ਔਰ ਮੇਰਾ ਭਾਜੀ ਹਮੇਸ਼ਾ ਹੀ ਇਹ ਫੰਡਾਮੈਂਟਲ ਰਹਿੰਦਾ ਮੇਰੀ ਅਪਰੋਚ ਦਾ ਐਜ਼ ਆ ਕੋਚ ਵੀ ਤੁਹਾਨੂੰ ਇੱਕੋ ਹੀ ਬੋਡੀ ਮਿਲੀ ਹੈ, ਜਾਂ ਤਾਂ ਇਹਦਾ ਸੱਤਿਆਨਾਸ਼ ਮਾਰ ਦਿਉ ਜਾਂ ਇਹਦਾ ਕੁਛ ਬਣਾ ਲਓ, ਵਾਓ, ਠੀਕ ਹੈ ਨਾ। ਔਰ ਜੇ ਮੈਨੂੰ ਇੰਨਾ ਪਤਾ ਹੈ ਨਾ ਵੀ ਮੈਂ ਕਿਸੇ ਹੋਰ ਮਾਂ ਦਾ ਪੁੱਤ ਟ੍ਰੇਨ ਕਰ ਰਿਹਾ ਉਹਨੂੰ ਮੈਂ ਕੁਛ ਸੁਜੈਸ਼ਨ ਦੇ ਰਿਹਾ ਤਾਂ ਉੱਥੇ ਮੇਰੀਆਂ ਨਿਗਾਹ ਦੇ ਸਾਹਮਣੇ ਮੇਰਾ ਆਪਣਾ ਪੁੱਤ ਵੀ ਹੁੰਦਾ, ਅਤੇ ਜੇ ਕੱਲ੍ਹ ਨੂੰ ਮੇਰਾ ਬੇਟਾ ਮੈਨੂੰ ਇਹ ਕਹੇਗਾ ਪਾਪਾ ਮੈਂ ਬੋਡੀ ਬਿਲਡਿੰਗ ਕਰਨੀ ਹੈ, ਮੈਂ ਕਰਾਊਂਗਾ। ਇਹ ਵੀ ਹੋ ਸਕਦਾ ਵੀ ਮੈਂ ਆਪਣੇ ਹੱਥੀਂ ਉਹਨੂੰ ਭਰ ਕੇ ਦੇਵਾਂ, ਠੀਕ ਹੈ ਨਾ, ਪਰ ਜਦ ਟਾਈਮ ਆਏਗਾ चलो मैं सारे दे सारे जो भी कोचिज भी है ना मैं उन्होंने भी यही कहूंगा है ना ਜਿਹੜੇ ਇਸ ਟਾਈਮ ਸਿਰਫ ਔਰ ਸਿਰਫ ਸਟੀਰੋਇਡ ਸੇਲ ਕਰਨ ਦੇ ਪਿੱਛੇ ਭੱਜੇ ਹੋਏ ਆ, ਹੈ ਨਾ, ਵੀ ਜਿਹਨਾਂ ਨੂੰ ਤੁਸੀਂ ਦੇ ਰਹੇ ਹੋ ਬਿਨਾਂ ਸੋਚੇ ਸਮਝੇ ਚੀਜ਼ਾਂ ਦੇ ਰਹੇ ਹੋ ਉਹ ਕਿਸੇ ਨਾ ਕਿਸੇ ਮਾਂ ਦੇ ਪੁੱਤ ਨੇ, ਠੀਕ ਹੈ ਨਾ। ਅਤੇ ਤੁਸੀਂ
इस चीज़ नूं ख्याल रख के चलो भी सिर्फ पैसा ही नहीं सब कुछ हुंदा भाई। जे मैं आज दी डेट च दिल्ली वर्गे शहर च जाके है ना प्योर मनी मेकिंग बॉडी बिल्डिंग कोचिंग करन लगा ना, ये ला के चलो भाजी भी उत्थे मेरे वास्ते 60-70 लाख रुपया महीने का कमाना कोई औखी गल नहीं है। ओके पर जिहड़ियां चीज़ां ते बैठ के अज जतिंदरजीत सिंह बॉडी बिल्डिंग एल्केमिस्ट बनिया आ ते जिहड़े एथिकल बॉडी बिल्डिंग दे वेज़ नूं तुसीं जानदे हो जां मेरे एथलीट रहे हो ठीक है जां हैगे हो है ना तुहानूं पता है भी इहदे पिछे अतिंदर दा की हार्डवर्क है किन्ना पेशेंस है राइट ते एथलीट्स दा भी पेशेंस है जिहड़े स्टैप बाय स्टैप ग्रो करदे जा रहे ने ते बॉडी बिल्डिंग नूं एथिकल रहण दो एथिकल ढंग नाल बॉडी बिल्डिंग नूं चला लो। इस तों पहलां थोड़ियां सारियां दियां दुकानां बंद हो जाण बैटर है कि बॉडी बिल्डिंग दे एथिकल वेज़ नूं चूज़ करके एक इंसानियत नूं लै के आओ वापस बॉडी बिल्डिंग च जिहड़ी कि जरूरी है। तो थोड़े क्वेश्चन का आंसर यही है भी मैं कराऊंगा। ओके भाजी एंड चीज़ भाजी जी तुम एथिकल वर्ड बोल रहे हो दिस इज माई क्यूरियोसिटी कि ये पावर कितों आती है ये क्यों आ क्यों बाकी क्यों ईमानदारी भाजी ਕਿੰਨਾ ਹੈ ਇਮਾਨਦਾਰੀ ਦੇਖੋ ਦੇਖੋ ਮੈਨੂੰ ਮੈਨੂੰ ਇਹ ਪਤਾ ਇਮਾਨਦਾਰੀ ਦਾ ਜਿਹੜਾ ਟੀਕਾ ਨਾ ਭਾਜੀ ਉਹ ਉਦੋਂ ਹੀ ਤੁਹਾਡੇ ਤੇ ਅਸਰ ਕਰਦਾ ਜਦ ਤੁਸੀਂ ਇੱਕ ਮਿਸ਼ਨ ਲੈ ਕੇ ਚੱਲਦੇ ਹੋ। ਓਕੇ ਠੀਕ ਹੈ ਨਾ ਬਿਨਾਂ ਮਿਸ਼ਨ ਤੋਂ ਇਹ ਚੀਜ਼ਾਂ ਨਹੀਂ ਆਉਂਦੀਆਂ ਰਾਈਟ। ਹੁਣ ਮੇਰਾ ਮਿਸ਼ਨ ਇਹ ਹੈ ਭਾਜੀ ਵੀ ਮੈਂ ਇੱਕ ਓਲੰਪੀਆ ਲੈਵਲ ਦਾ ਕੋਚ ਬਣਨਾ। ਓਕੇ ਠੀਕ ਹੈ ਵੀ ਮੇਰੇ ਐਥਲੀਟਸ ਮਿਸਟਰ ਓਲੰਪੀਆ ਕੰਪੀਟ ਕਰਦੇ ਹੋਣ ਵੈਦਰ ਚਾਹੇ ਇੰਡੀਅਨ ਹੋਣ ਚਾਹੇ ਬਾਹਰ ਦੇ ਹੋਣ ਠੀਕ ਹੈ ਆਈ ਵਾਂਟ ਟੂ ਬੀ ਔਨ ਦੈਟ ਲੈਵਲ। ਓਕੇ ਤੇ ਓਬਵੀਅਸਲੀ ਗੱਲ ਆ ਵੀ ਜੇ ਮੈਂ ਉੱਥੇ ਤੱਕ ਪਹੁੰਚਣਾ ਹੈ ਤਾਂ ਮੈਨੂੰ ਕਿਹੜੇ ਲੋਕ ਫੋਲੋ ਕਰਨੇ ਪੈਣਗੇ? ਜਾਰਜ ਫਰਾ ਵਰਗੇ ਠੀਕ ਹੈ, ਕ੍ਰਿਸ ਸੀਟੋ ਵਰਗੇ, ਹੈਨੀ ਰੈਂਬੋਰਡ ਵਰਗੇ, ਚੈਡ ਨਿਕੋਲਸ ਵਰਗੇ ਹੈ ਨਾ। ਤੇ ਜਦ ਉਹ ਲੋਕ ਇਹ ਚੀਜ਼ ਕਹਿੰਦੇ ਨੇ ਤੇ ਪ੍ਰੈਕਟੀਕਲੀ ਕਰਕੇ ਦਿਖਾਉਂਦੇ ਨੇ ਵੀ ਕੰਸਿਸਟੈਂਸੀ ਇਜ਼ ਮੋਰ ਇੰਪੋਰਟੈਂਟ ਦੈਨ ਸਟੀਰੋਇਡਸ ਠੀਕ ਹੈ, ਫਿਰ ਜੇ ਮੈਂ ਉਹਨਾਂ ਦੇ ਰਾਹ 'ਤੇ ਨਹੀਂ ਚੱਲ ਰਿਹਾ ਹੈਗਾ ਫਿਰ ਤਾਂ ਮੈਂ ਲਾ ਲਓ ਵੀ ਕਹਿ ਲਓ ਪੰਜਾਬੀ 'ਚ ਵੀ ਆਪਣਾ ਫੁੱਦੂ ਆਪ ਖਿੱਚ ਰਿਹਾ ਠੀਕ ਹੈ ਨਾ। ਅਤੇ ਉਹ ਚੀਜ਼ ਇਮਾਨਦਾਰੀ ਉੱਥੋਂ ਆਈ ਆ, ਉਹ ਵਰਕ ਐਥਿਕ ਉੱਥੋਂ ਆਇਆ ਵੀ ਉੱਥੇ ਪਹੁੰਚਣ ਵਾਸਤੇ ਮੈਨੂੰ ਕੀ ਕਰਨਾ ਪੈਣਾ, ਮੈਂ ਅੱਜ ਉਹ ਚੀਜ਼ਾਂ ਕਰ ਰਿਹਾ, ਮੈਂ ਅੱਜ ਗਲੋਰੀ ਪਿੱਛੇ ਸ਼ਾਰਟਕੱਟਸ ਪਿੱਛੇ ਨਹੀਂ ਭੱਜਦਾ, ਮੈਂ ਪ੍ਰੋਵੋਕੇਟਿਵ ਸਟੇਟਮੈਂਟਸ ਨਹੀਂ ਦਿੰਦਾ, ਮੈਂ ਲਾਈਮਲਾਈਟ 'ਚ ਰਹਿਣ ਦੀ ਕੋਸ਼ਿਸ਼ ਨਹੀਂ ਕਰਦਾ, ਜੋ ਹੈ ਕੰਮ ਹੈ ਠੀਕ ਹੈ ਨਾ। ਔਰ ਕੰਮ ਨੂੰ ਜਦ ਤੁਸੀਂ ਆਪਣੀ ਪ੍ਰਾਇਰਟੀ ਲੈ ਕੇ ਚੱਲੋਗੇ ਠੀਕ ਹੈ, ਹੁਣ ਜਦ ਤੁਸੀਂ ਸੋਚ ਹੀ ਇਹ ਲਿਆ ਵੀ ਯਾਰ ਮੈਂ ਇੱਥੇ ਆਹ ਜਿੰਮ ਖੋਲ੍ਹ ਲਿਆ ਵੀ ਬਸ ਮੈਂ ਇਸੇ ਤੋਂ ਹੀ ਪੈਸਾ ਕਮਾਉਣਾ ਆ, ਇਹੀ ਮੇਰਾ ਗੋਲ ਹੈ, ਭਾਅ ਜੀ ਐਂਡ ਆਫ ਦ ਡੇ ਤੁਸੀਂ ਕੋਈ ਨਾ ਕੋਈ ਗਲਤ ਵੇ ਚੂਜ਼ ਕਰੋਗੇ, ਗਰੀਡ ਆਏਗੀ ਤੁਹਾਡੇ ਅੰਦਰ, ਗਰੀਡ ਆਏਗੀ। ਆਪਣੇ ਐਂਬੀਸ਼ਨਸ ਨੂੰ ਇੰਨਾ ਹਾਈ ਸੈੱਟ ਕਰੋ ਕਿ ਤੁਹਾਨੂੰ ਇਹ ਚੀਜ਼ਾਂ ਮਲਟੀਪਲ ਵੇਸ ਲੱਗਣ, ਪਾਥ ਆਫ ਵੇ ਲੱਗਣ। ਜੀ 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 ਇਹ ਚੀਜ਼। ਓਕੇ ਐਂਡ ਦੈਟ ਵਾਸ ਆਲ ਭਾਅ ਜੀ, ਮਜ਼ਾ ਆ ਗਿਆ ਠੀਕ ਹੈ, ਮੈਨੂੰ ਬੜਾ ਲੱਗਾ ਕਿ ਹਾਂ ਵੀ ਇੱਕ ਆ ਇਨਫੋਰਮੇਸ਼ਨ ਜਿਹੜੀ ਆ ਮੇਰੇ ਲਈ ਬਹੁਤ ਜ਼ਰੂਰੀ ਸੀਗੀ ਐਂਡ ਮੈਂ ਬਹੁਤ ਕੁਛ ਲੈ ਕੇ ਚੱਲਿਆ। ਇਹ ਚੀਜ਼ ਦੀ ਜ਼ਰੂਰਤ ਹੋਰ ਵੀ ਬਹੁਤ ਆ ਇੱਦਾਂ ਤੁਹਾਡੇ ਕੋਲ ਨਾ, ਫਿਰ ਮੈਂ ਹਮੇਸ਼ਾ ਪਤਾ ਨਹੀਂ ਕਿਉਂ ਭਾਅ ਜੀ ਮੈਂ ਲੱਗਦਾ ਕਿ ਮੇਰੇ ਬੜੇ ਸਵਾਲ ਆ ਮੈਂ ਕਰ ਲੈਣੇ ਸਾਰੇ ਹੀ, ਅਤੇ ਜਦੋਂ ਮੁੱਕਦਾ ਤਾਂ ਮੇਰੇ ਹੋਰ ਇੰਨੇ ਸਵਾਲ ਇਕੱਠੇ ਹੋ ਜਾਂਦੇ ਹੈਗੇ ਆ। ਐਂਡ ਆਈ ਵਿਲ ਰਿਕੁਐਸਟ ਯੂ ਟੂ ਗਿਵ ਮੀ ਅ ਮੋਰ ਸੈਸ਼ਨ ਇਨ ਫਿਊਚਰ ਦੇ ਵਿੱਚ ਆਪਾਂ ਡੈਫੀਨਟਲੀ। ਅਤੇ ਜਾਣ ਤੋਂ ਪਹਿਲਾਂ ਯੂ ਨੋ ਥੈਂਕਸ ਵੀ ਕਹਿਣਾ ਬਣਦਾ ਮਸਲ ਓਲਿਕਸ ਦਾ ਹੈ ਨਾ, ਜਿਨ੍ਹਾਂ ਨੇ ਇਹ ਚੀਜ਼ ਅਰੇਂਜ ਕੀਤੀ ਸਾਰੀ ਹੈ ਨਾ। ਅਤੇ ਮਸਲ ਓਲਿਕਸ ਨਾਲ ਟਿਪੀਕਲੀ ਇਹ ਸੈਸ਼ਨ ਨੂੰ ਇਸ ਪੋਡਕਾਸਟ ਨੂੰ ਕਰਨ ਦਾ ਰੀਜ਼ਨ ਇਹੀ ਹੈ ਕਿ ਫੂਡ ਕੁਆਲਿਟੀ ਫੂਡ ਬਹੁਤ ਜ਼ਿਆਦਾ ਮੈਟਰ ਕਰਦਾ ਅਤੇ ਮਸਲ ਓਲਿਕਸ ਇਸੇ ਮਿਸ਼ਨ ਨੂੰ ਲੈ ਕੇ ਚੱਲਿਆ ਹੈ ਨਾ। ਅਤੇ ਸਾਡੇ ਐਥਲੀਟਸ ਨੂੰ ਜਿੰਨਿਆਂ ਨੂੰ ਪ੍ਰੋਵਾਈਡ ਹੁੰਦਾ ਸਾਰਾ ਇੱਥੇ ਹੀ ਆਉਂਦਾ ਫੂਡ, ਸਾਰਿਆਂ ਦਾ ਇੱਥੇ ਆਉਂਦਾ। ਅਤੇ ਓਬਵੀਅਸ ਜੀ ਗੱਲ ਹੈ ਕਿ ਕੁਆਲਿਟੀ ਚੀਜ਼ਾਂ 'ਤੇ ਪੈਸਾ ਲੱਗਦਾ ਅਤੇ ਕੁਆਲਿਟੀ ਚੀਜ਼ਾਂ 'ਤੇ ਪੈਸਾ ਲਾਉਣਾ ਸਿੱਖੋ। ਇਹ ਚੀਜ਼ ਮੈਂ ਚਾਹੇ ਤੁਸੀਂ ਬੋਡੀ ਬਿਲਡਿੰਗ ਕਰਦੇ ਹੋ ਚਾਹੇ ਤੁਸੀਂ ਬੋਡੀ ਬਿਲਡਿੰਗ ਨਹੀਂ ਕਰਦੇ, ਪਰ ਇੱਕ ਅੱਛਾ ਫੂਡ ਉਹ ਚੀਜ਼ ਹੈ ਜਿਹਦੇ 'ਤੇ ਤੁਹਾਨੂੰ ਐਕਚੁਅਲ 'ਚ ਪੈਸਾ ਸਪੈਂਡ ਕਰਨਾ ਚਾਹੀਦਾ। ਕਦੇ ਵੀ ਫੂਡ ਨੂੰ ਚੂਜ਼ ਕਰਨ ਦੇ ਮਾਮਲੇ 'ਚ ਕੰਜੂਸੀ ਨਾ ਕਰੋ ਅਤੇ ਬੈਟਰ ਫੂਡ ਆਪਸ਼ਨਸ ਨੂੰ ਪਿੱਕ ਕਰੋ। ਚੜ੍ਹਦੀ ਕਲਾ, ਬਹੁਤ ਚੜ੍ਹਦੀ ਕਲਾ, ਚਲੋ ਥੈਂਕ ਯੂ ਸਰ ਐਂਡ ਲੈਟ ਮੀ ਕੰਕਲੂਡ। ਸੋ ਅੱਜ ਆਪਾਂ ਪੋਡਕਾਸਟ ਰਿਕਾਰਡ ਕੀਤਾ ਅਤਿੰਦਰ ਭਾਈ ਦੇ ਨਾਲ, ਭਾਈ ਮੇਰੇ ਕੋਲ ਹੀ ਬੈਠੇ ਹੋਏ ਨੇ ਇਸ ਟਾਈਮ। ਮੈਨੂੰ ਅੱਜ ਬਹੁਤ ਕੁਛ ਸਿੱਖਣ ਨੂੰ ਮਿਲਿਆ, ਸਟੀਰੋਇਡ ਦੇ ਵਿੱਚ ਜਿਹੜੀ ਮੇਰੀ ਨੌਲੇਜ ਸੀਗੀ ਜੋ ਕਿ ਮੈਂ ਬਹੁਤ ਜ਼ੀਰੋ ਹੀ ਮੰਨਦਾ ਹੈਗਾ ਹਾਂ, ਮੈਂ ਭਾਈ ਤੋਂ ਬਹੁਤ ਕੁਛ ਜਾਣਿਆ, ਬਟ ਮੇਨ ਚੀਜ਼ ਇਹੀ ਜਾਣੀ ਜਿਹੜੀ ਮੈਨੂੰ ਪਹਿਲਾਂ ਹੀ ਪਤਾ ਸੀਗੀ ਕਿ ਫੂਡ, ਟ੍ਰੇਨਿੰਗ, ਸਪਲੀਮੈਂਟਸ ਆਰ ਰਿਕਵਰੀ ਆਰ ਮੱਚ ਮੋਰ ਇੰਪੋਰਟੈਂਟ ਦੈਨ ਸਟੀਰੋਇਡਸ ਠੀਕ ਆ। ਤੁਸੀਂ ਜੇ ਪੋਡਕਾਸਟ ਦੇਖਦੇ ਪਏ ਤੁਹਾਨੂੰ ਕਿਸ 'ਚ ਮਿਲੇਗਾ, ਤੁਹਾਨੂੰ ਇਹ 'ਚ ਬਰੀਫ ਨੌਲੇਜ ਮਿਲੇਗੀ, ਉਹ ਮਿਥਸ ਬ੍ਰੇਕ ਹੋਣਗੀਆਂ ਤੁਹਾਡੀਆਂ ਇੱਕ ਇਹੋ ਜਿਹੇ ਸ਼ਖਸ ਵੱਲੋਂ ਜਿਹੜੇ ਇਹਦੇ ਵਿੱਚ 24 ਘੰਟੇ ਰਹਿੰਦੇ ਨੇ।
जिहड़े भाई ने वर्ड बोलिया कि जिहड़े टीके भर भर के आप दिंदे ने हुण तुसीं टीकियां दे पिछे दी डेप्थ की आ तुहानूं इहदे बारे सारा पॉडकास्ट सुनना पवेगा। सो पंजाब दे खून दे विच जिहड़ा स्टीरॉयड दा दौड़ चली आ उहनूं खत्म करन वास्ते भाई ने सल्यूशन दित्ते आ, उह सल्यूशन तुहानूं इस पॉडकास्ट 'च मिलणगे कि सल्यूशन दे विच तुहाडा की पार्टिसिपेशन आ उह वी दस्सिया गया। सो जे तुहानूं इह कंटेंट चंगा लगा तो इस चैनल नूं लाइक शेयर एंड सबसक्राइब जरूर करियो। उम्मीद करदा आ नैक्सट पॉडकास्ट तक आपां सब चढ़दी कला 'च रहांगे। थैंक यू सर, मजा आ गया भाई सीरियसली। ये आप स्टार्टिंग से बात नहीं, ठीक है।